Thank you.
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੈਸਾਖ ਤੀਰ ਕਿਉਂ ਹਟਿਆ, ਜਿਨਾ ਪ੍ਰੇਮ ਕ੍ਰਿਸ਼ੋ ਹਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਹੋ। ਵੈਸਾਖ ਤੀਰ ਕਿਉਂ ਹਟਿਆ, ਜਿਨਾ ਹਰ ਸਾਜਨ ਪੁਰਖ ਵਿਸਾਰ ਲੱਗੀ ਮਾਇਆ ਕੋਲ। ਖੁਸ਼ੀ ਦਾ ਦਿਨ ਹੈ ਔਰ ਸੰਗਰਾਂਦ ਵਿਸਾਖ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ, ਪ੍ਰਕਾਸ਼ ਹੋਇਆ। ਦੂਸਰਾ ਅੱਜ ਦੇ ਦਿਨ ਖਾਲਸੇ ਦਾ ਪ੍ਰਕਾਸ਼ ਹੋਇਆ। ਅੱਜ ਦੇ ਦਿਨ ਹੀ ਸੰਤ ਬਾਬਾ ਚਰਨਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ। ਚੌਥਾ ਵਿਸਾਖੀ ਦੇ ਹੀ ਪਵਿੱਤਰ ਦਿਹਾੜੇ ਦੇ ਉੱਤੇ ਸੰਤ ਅਕਾਲ ਸ਼ਰਧਾ ਦੇ ਮਨ ਸੰਤ ਮਹਾਰਾਜ ਸ਼੍ਰੀ ਸਰ ਸਿਓੜਾ ਸਾਹਿਬ ਵਾਲਿਆਂ ਦਾ ਪ੍ਰਕਾਸ਼ ਵੀ ਅੱਜ ਦੇ ਦਿਨ ਹੋਇਆ। ਇਸ ਵਸਤੂ ਦੇ ਜਗਿਆਸਾ ਕਾਲ ਦੇ ਵਿੱਚ ਇੱਕ ਗਾਇਕ ਦੇ ਸਰੂਪ ਵਿੱਚ ਬੈਠੇ ਹੋ, ਕਿਉਂਕਿ ਗੁਣਤਾ ਗਾਇਕ ਜੇ ਕੋਈ ਗਾਇਕ ਹੋਵੇ ਇਸ ਵਸਤੂ ਦਾ, ਉਸਨੂੰ ਪਤਾ ਤਿੰਨ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਦੇ ਇਸ ਆਤਮਕ ਆਨੰਦ ਅਡੋਲ ਜਿਹੜੀ ਅਵਸਥਾ ਵਾਲਾ ਉਹਨਾਂ ਦਾ ਪਵਿੱਤਰ ਸਰਗਮ ਸਰੂਪ, ਉਸ ਦੇ ਤਿੰਨ ਸਰੂਪ ਉਹਨਾਂ ਨੇ ਵਰਣਨ ਕੀਤੇ ਪਿਆਰ ਦੇ ਵਿੱਚ। ਪਹਿਲੇ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੂਪ ਅਤੇ ਉਹ ਗੁਣ ਦੇ ਪਰੇ ਪਰੇ ਹੈ, ਜਿੱਥੇ ਤੱਕ ਸਾਡੀ ਤਿੰਨ ਗੁਣਾਂ ਦੇ ਵਿੱਚ ਵਿਚਰਨ ਵਾਲੀ ਇਸ ਦੁਨੀਆ ਦੀ ਪਹੁੰਚ ਅਤੇ ਇਹਨਾਂ ਵਾਲੀ ਤ੍ਰੈ ਗੁਣਾਂ ਵਾਲੀ ਅੱਖ ਉਹਨੂੰ ਦੇਖ ਹੀ ਨਹੀਂ ਸਕਦੀ। ਬੋਲੋ ਜਿਸ ਨੂੰ ਤਿੰਨ ਗੁਣਾਂ ਵਿੱਚ ਰਜੋ ਤਮੋ ਅਤੇ ਸ਼ਤੋ, ਤਿੰਨ ਗੁਣਾਂ ਵਿੱਚ ਰਹਿਣ ਵਾਲਾ ਕੋਈ ਵੀ ਸੱਜਣ ਉਸ ਸੱਚ ਦੇ ਸਰੂਪ ਨੂੰ ਦੇਖ ਹੀ ਨਹੀਂ ਸਕਦਾ।
ਅਕਸ਼ਰ ਮੈਂ ਥੋੜ੍ਹਾ ਥੋੜ੍ਹਾ ਵੀ ਜਿੱਥੇ ਆਖਰਤ ਨੂੰ ਜਿਸ ਰੂਪ ਦੇ ਵਿੱਚ ਇੱਕ ਸਿੱਖ ਕਹੋ ਅੱਜ ਖਾਲਸਾ ਕਹੋ, ਦੋਨੋਂ ਹੀ ਸ਼ਬਦ ਸਿੱਖ ਵੀ ਵਸਤੂ ਔਰ ਖਾਲਸਾ ਵੀ ਵਸਤੂ। ਖਾਲਸ ਨਾਮ ਪਿਓਰ, ਖਾਲਸ ਖਲਾਸੀ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਚ ਆਊਗਾ। ਬੋਲੋ, ਅਰਥ ਦੋਨਾਂ ਦਾ ਇੱਕ ਹੀ ਆਊ। ਖਾਲਸੇ ਦੇ ਵਾਸਤੇ ਭਗਤ ਕਬੀਰ ਜੀਆਂ ਨੇ ਪਹਿਲੇ ਉਚਾਰਨ ਕੀਤਾ, ਜੈਸੇ ਮੈਂ ਆ ਥੋੜ੍ਹੇ ਦਿਨ ਪਹਿਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ 350 ਸਾਲ ਦਾ ਆ ਰਿਹਾ, ਉਸ ਨੂੰ ਮੁੱਖ ਰੱਖਦਿਆਂ ਇੱਕ ਸਮਾਗਮ ਬੜੇ ਪਿਆਰ ਚ ਹੋਇਆ, ਨਾਲ ਖਾਲਸੇ ਦਾ ਪ੍ਰਕਾਸ਼ ਦਿਵਸ ਸੀ। ਮੈਂ ਜਿਹੜੀ ਵਸਤੂ ਆਪ ਦੇ ਅਨੁਭਵ ਨਾਲ ਕੋਈ ਸਤਪੁਰਸ਼ ਤੱਤ ਵੇਦਾ ਰੱਬ ਦਾ ਪਿਆਰਾ ਜਿਸ ਦੇ ਉੱਤੇ ਉਹ ਪਰਮੇਸ਼ਰ ਦਿਆਲੂ, ਉਹ ਆਉਣ ਵਾਲੇ ਸਮੇਂ ਦੇ ਵਾਸਤੇ ਜਿਹੜਾ ਕੋਈ ਸਾਲਾਂ ਦੀ ਗਿਣਤੀ ਨਹੀਂ ਕਿ ਕਦ, ਮੈਂ ਯੁੱਗਾਂ ਤੱਕ ਵੀ ਲਾਇਆ, ਮੇਰੇ ਮਹਾਂਪੁਰਸ਼ਾਂ ਦੇ ਬੋਲੇ ਹੋਏ ਸ਼ਬਦ ਨੇ, ਕਿਉਂਕਿ ਸਭ ਪ੍ਰਾਣ ਉਹਨਾਂ ਦੀ ਰਸਨਾ ਦੇ ਸਨ। ਮੈਂ ਭਵਿੱਖਤ ਪ੍ਰਾਣ ਦੀ ਥੋੜ੍ਹੀ ਸੀ ਵਸਤੂ ਕਿ ਏਵਨ ਹੈ ਧਰਮ ਪ੍ਰਚਰਿਆ ਜਦਾ ਕਲੋ ਤਦਾ ਮੈਂ ਲੋਕ ਰਖਿਆ ਮਨੇਸ਼ਾਨਾ ਨਾਸ਼ ਖੇਤ ਵੇ ਪਸ਼ਮ ਤੋਂ ਸੁਗਨ ਦੇਸੈ ਬੇਦੀ ਬਣਕੇਸ਼ ਨਾਨਕੋ ਬੋਲੋ। ਭਾਸ਼ਾ ਦੂਸ਼ਣੀ ਕਰਕੇ ਤੁਹਾਡੇ ਸਮਝ ਮੇਰੀ ਗੱਲ ਨਹੀਂ ਪਈ ਹੋ, ਮੈਂ ਥੋੜ੍ਹਾ ਸਿਰਫ ਇਹਨੂੰ ਕਿਉਂ ਬੋਲਣ ਲੱਗਾ ਕਿ ਏਵਮ ਮੈਂ ਧਰਮ ਪ੍ਰਚਾਰਿਆ, ਜਿਸ ਵੇਲੇ ਜਗਤ ਦੇ ਵਿੱਚ ਪੂਰਨ ਧਰਮ ਦੀ ਹਾਨੀ ਹੋਊਗੀ, ਧਰਮੀ ਲੋਕਾਂ ਨੂੰ ਉਂਗਲਾਂ ਕੀਤੀਆਂ ਜਾਣਗੀਆਂ, ਉਹਨਾਂ ਦੇ ਮਜ਼ਾਕ ਕੀਤੇ ਜਾਣਗੇ, ਉਸ ਸਮੇਂ ਏਵਮ ਮੈਂ ਧਰਮ ਪ੍ਰਚਾਰਿਆ ਜਦਾ ਕਲੂ ਕਲਯੁਗ ਦੇ ਵਿੱਚ ਔਰ ਤਦਾ ਵੈ ਲੋਕ ਰਖਿਆਰਥਨ, ਉਸ ਵੇਲੇ ਆਪ ਦੇ ਪਿਆਰੇ ਜਿਹੜਾ ਨਾਮ ਜਪਣਾ ਚਾਹੁੰਦੇ ਹੈ ਪਰ ਉਹਨਾਂ ਨੂੰ ਟਿਕਣ ਨਹੀਂ ਦਿੰਦੇ, ਉਹਨਾਂ ਦੀ ਰੱਖਿਆ ਦੇ ਵਾਸਤੇ ਬੋਲੋ। ਤਦਾ ਵੈ ਲੋਕ ਰਖਿਆਰਥਨ ਮਲੇਸ਼ਾਨਾ ਨਾਸ਼ ਖੇਤ, ਤੇ ਮਲੇਸ਼ਾ ਦਾ ਨਾਸ਼ ਕਰਨ ਵਾਸਤੇ ਪਸ਼ਮ ਤੋਂ ਸੁਗਨ ਦੇਸੈ ਪਸ਼ਮ ਦਿਸ਼ਾ ਵਿੱਚ ਬੇਦੀ ਬਨਕੇਸ਼ ਨਾਨਕ ਬੇਦੀ ਕੁੱਲ ਵਿੱਚ ਗੁਰੂ ਨਾਨਕ ਆਉਣਗੇ। ਬੋਲੋ, ਇਹਨੂੰ ਮੈਂ ਸਿਰਫ ਇਤਨਾ ਹੀ ਨਹੀਂ ਸੀ, ਥੋੜ੍ਹਾ ਗੋਹਚ ਜੋ ਮੇਰੇ ਆਪ ਦੇ ਮਹਾਂਪੁਰਖਾਂ ਵੱਲੋਂ ਬਖਸ਼ੇ ਅਨੁਭਵ ਦੇ ਖਿਆਲਾਂ ਦੀ ਗੱਲ ਮੈਂ ਸੋਚ ਰਿਹਾ ਸੀ ਬੈਠਾ। ਇਹ 18 ਪੁਰਾਣ ਸ਼ਕਦੇਵ ਮੁਨੀ ਜੀ ਦੇ ਪਿਤਾ ਵੇਦ ਵਿਆਸ ਜੀ ਉਹਨਾਂ ਵੱਲੋਂ ਉਚਾਰਨ ਕੀਤੇ
ਔਰ ਉਹਨਾਂ ਦੇ ਵਿੱਚੋਂ 18 ਪੁਰਾਣਾਂ ਚੋਂ ਭਵਿੱਖਤ ਪੁਰਾਣ ਦੋ ਗ੍ਰੰਥ ਦੀ ਬਜਾਏ ਤੀਸਰਾ ਦੀ ਨਾਲ ਮੈਂ ਲਾਉਣਾ, ਜਿਹਦੇ ਵਿੱਚ ਆਉਣ ਵਾਲਾ ਸਮਾਂ ਤੁਹਾਨੂੰ ਤੁਹਾਡੇ ਗੁਰਾਂ ਪੀਰਾਂ ਤੇ ਪੈਗੰਬਰਾਂ ਮਹਾਂਪੁਰਖਾਂ ਨੇ ਦੱਸਿਆ। ਇੱਕ ਭਵਿੱਖਤ ਪੁਰਾਣ ਹੈ, ਦੂਸਰਾ ਜੇ ਆਉਣ ਵਾਲਾ ਸਮਾਂ ਮਿਲੂਗਾ ਤੇ ਤੁਹਾਨੂੰ ਦਸਮ ਗ੍ਰੰਥ ਚੋਂ ਮਿਲੂਗਾ। ਬੋਲੋ ਦੋ, ਜਿਸ ਦੇ ਵਿੱਚੋਂ ਸੰਤ ਮਹਾਰਾਜ ਬਹੁਤ ਪ੍ਰਚਾਰ ਹੱਦਾਂ ਤੱਕ ਕੀਤਾ ਹੈ ਕਿ ਚੌਵੀਵੇਂ ਅਵਤਾਰ ਦਾ ਬੋਲੋ ਠੀਕ ਹੈ। ਹਾਪੜ ਦੀ ਧਰਤੀ ਯੂਪੀ ਲੰਘ ਗਈ, ਉਹ ਗੰਗਾ ਦਾ ਕਿਨਾਰਾ ਹੈ ਜਿਸ ਮੱਠ ਚੋਂ ਚੌਵੀਵੇਂ ਅਵਤਾਰ ਨੇ ਪ੍ਰਕਾਸ਼ ਹੋਣਾ। ਮੈਂ ਕਿਉਂਕਿ ਹੁਣ ਟਮਾ ਸਮਾਂ ਬੜਾ ਲਿਮਿਟ ਗਈ ਚ ਹੈ, ਗੱਲ ਇਤਨੀ ਸੀ ਕਿ ਉਸ ਭਵਿੱਖਤ ਪ੍ਰਾਣ ਜਿਸ ਇਸ ਪੁੱਤਰ ਨੇ ਇਹਨਾਂ ਨੂੰ ਮਹਾਰਾਜ ਜਨਕ ਨੂੰ ਗੁਰੂ ਧਾਰਨ ਕੀਤਾ ਸੀ, ਸੁਖਦੇਵ ਮੁਨੀ ਜੀ ਅਮਰ ਕਥਾ ਸੁਣੀ ਸੀ ਕਿਸੇ ਜਾਨਵਰ ਦੇ ਰੂਪ ਚ, ਮੈਂ ਸਾਰਾ ਕੁਛ ਟਿਕਾਈ ਜਾਣਾ, ਔਰ ਉਹ ਮਹਾਂਪੁਰਖ ਸਤਯੁਗ ਵਿੱਚ ਹੋਇਆ। ਬੋਲੋ ਥੋੜਾ ਜਿਹਾ ਕਿ ਹੇ ਵਾਹਿਗੁਰੂ, ਜੇ ਤੂੰ ਕਿਸੇ ਨੂੰ ਕੁਛ ਦੇਣ ਲੱਗਦਾ ਹੈ ਕੋਈ ਉਹਦਾ ਆਦ ਅੰਤ ਨਹੀਂ, ਮੈਂ ਇਹ ਬੋਲਿਆ ਜਾਂ ਤੂੰ ਕਿਰਪਾਲੂ ਹੋ ਜਾਣਾ। ਉਹ ਸਤਯੁਗ ਵਿੱਚ ਹੋਇਆ ਹੋਵੇ ਕੌਣ, ਵੇਦ ਵਿਆਸ ਮਹਾਂਪੁਰਖ, ਔਰ ਗੁਰੂ ਨਾਨਕ ਨੇ ਕਲਯੁਗ ਵਿੱਚ ਆਉਣਾ ਹੈ। ਬੋਲੋ, ਗੁਰੂ ਨਾਨਕ ਨੇ ਕਦ ਆਉਣਾ? ਕਲਯੁਗ ਵਿੱਚ। 8 ਲੱਖ ਠੀਕ ਹੈ ਤੇ 64,000 ਸਾਲ ਦੁਆਪਰ ਯੁੱਗ ਦਾ ਲਾਓ ਤੇ 17 ਲੱਖ ਤੇ 23,000 ਸਾਲ ਤ੍ਰੇਤੇ ਯੁੱਗ ਦਾ ਲਾਉ ਨਾਲ 17 ਤੇ 8 25, ਉਦੋਂ ਵੀ ਪਹਿਲੇ ਉਹਨਾਂ ਨੇ ਕੁਛ ਸਤਯੁਗ ਚ ਵੀ ਆਪਣੀ ਜ਼ਿੰਦਗੀ ਕੱਟੀ ਹੈ। ਇਹ ਭਵਿੱਖਤ ਪੁਰਾਣ ਨੂੰ ਰਚੋ, ਮੈਂ ਇੱਥੇ ਲਾਓ ਤੁਸੀਂ ਬਸ 25 ਲੱਖ ਸਾਲ ਗੁਰੂ ਨਾਨਕ ਦੇ ਆਉਣ ਤੋਂ ਪਹਿਲੇ ਇੱਕ ਮਹਾਂਪੁਰਖ ਕਹਿ ਰਿਹਾ ਕਿ ਇਸ ਜੋਤ ਨੇ ਆਉਣਾ। ਬੋਲੋ, ਮੈਂ ਤਾਂ ਸੀ ਕੁਛ ਸੋਚ ਰਿਹਾ ਮੈਂ ਵੀ ਕਿਤਨਾ 25 ਲੱਖ ਸਾਲ ਅਸੀਂ ਗੱਲਾਂ ਬਹੁਤ ਕਰਾਂਗੇ, ਸੰਤਾਂ ਭਗਤਾਂ ਦੇ ਖਿਲਾਫ਼ ਵੀ ਬੋਲ ਜਾਵਾਂਗੇ, ਪਰ ਆ ਨੇਤਰ ਸੁਖ ਬ੍ਰਹਮ ਵਾਲਾ ਸੀਸਾ ਇਹ ਇੱਕ ਮਹਾਂਪੁਰਖ ਹੀ ਹੈ। ਐਸੇ ਮਹਾਂਪੁਰਖ ਵੇਦ ਵਿਆਸ ਜੀਆਂ ਨੇ 25 ਲੱਖ ਲੱਖ 100 ਨਹੀਂ, ਉਸ ਤੋਂ ਵੀ ਉੱਤੋਂ ਦੀ ਜਾਓ ਤੁਸੀਂ, ਮੈਂ ਇੱਥੇ ਕੋਈ ਦਾਅਵਾ ਨਹੀਂ ਬਣਦਾ ਕਿ ਇਸ ਤੋਂ ਉੱਤੇ ਕਿਤਨਾ, ਇੰਨਾ ਤਾਂ ਲਾਓ ਨਾ ਤੁਸੀਂ ਕਿ 25 ਲੱਖ ਸਾਲ ਉਹਦੇ ਵਿੱਚ ਯੁੱਗ ਲੰਘ ਲਏ। ਬੋਲੋ, ਸਾਲ ਨਹੀਂ ਲੰਘੇ, ਯੁੱਗ ਲੰਘ, ਸਦੀਆਂ ਨਹੀਂ ਲੰਘੀਆਂ, ਯੁੱਗ ਲੰਘ ਗਏ। ਇਹ ਯੁੱਗ ਆਉਣੇ ਤੇ ਉਸ ਤੋਂ ਪਹਿਲੇ
ਕਿ ਹੁਣ ਤੁਸੀਂ ਦੇਖ ਲਓ, ਅਜੇ ਤੁਹਾਨੂੰ ਪਤਾ ਕੁਛ ਲੱਗੇ ਹੈ ਕਿ ਅਣਭਗਤ ਪ੍ਰਕਾਸ਼ ਕੀ ਚੀਜ਼ ਹੈ? ਬੋਲੋ, ਅਣਭਗਤ ਪ੍ਰਕਾਸ਼ ਕੀ ਚੀਜ਼? ਹਾਂ, ਹੁਣ ਤੁਹਾਨੂੰ ਇਹ ਭਵਿੱਖ ਪੁਰਾਣ ਦੀ ਸ਼ਬਦਾਵਲੀ ਪਵਿੱਤਰ ਅੰਮ੍ਰਿਤ ਸ਼ਰੋ ਮ੍ਰਿਤ ਤਾਂ ਮ੍ਰਿਤੂ ਜੇ ਨਾ ਹੁੰਦਾ ਫਿਰ ਕਹਿ ਸਕਦੇ ਸੀ, ਪਰ ਅੰਮ੍ਰਿਤ ਉਹ ਵਚਨ ਸੱਚ ਹੋਇਆ ਕਿ ਗੁਰੂ ਨਾਨਕ ਆਏ। ਬੋਲੋ, ਇਹ ਅੰਮ੍ਰਿਤ ਵਚਨ ਸਾਧਕੀ ਬਾਣੀ ਮੈਂ ਕੁਦਰਤੀ ਇਹਦੇ ਨੂੰ ਬੋਲਿਆ ਗਿਆ, ਉਹੀ ਦਸਵੇਂ ਗੁਰੂ ਨਾਨਕ ਆਏ, ਗੁਰੂ ਗੋਬਿੰਦ ਸਿੰਘ ਮਹਾਰਾਜ। ਤਾਂ ਸੀ ਕਿ ਇੱਕ ਸਰੂਪ ਕੀ ਇੱਕ ਰੂਪ ਤੇਹੋ ਗੁਣ ਤੇ ਪਰੇ ਤੈ ਨਿਗਮ ਨਿਗਮ ਸਦ ਉੱਚੇ। ਜਦ ਉਹ ਦਾਤਾ ਉਸ ਸਰੂਪ ਦੇ ਵਿੱਚ ਤੇਰੇ ਗੁਰੂ ਬੈਠੇ ਸੀ, ਉੱਥੇ ਆ ਕੁਛ ਤਾਂ ਉਦੋਂ ਚੱਕਰ ਹੈ ਹੀ ਨਹੀਂ ਸੀ। ਬੋਲੋ, ਕਿਤਨੀ ਗੰਗਾ ਕਿਆ ਦਾਤਾ ਤੋਂ ਉੱਤੇ ਉੱਠ ਕੇ ਇਹ ਨੇਤਰਾਂ ਦੀ ਗੱਲ ਕੀਤੀ ਜਾ ਸਕਦੀ ਹੈ। ਦੋ ਉੱਥੇ ਹੈ ਕਿ ਤੈ ਨਿਗਮ ਨਿਗਮ ਵਾਹਿਗੁਰੂ 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 ਉਸ ਵਾਯੂ ਮੰਡਲ ਦੇ ਵਿੱਚ ਕੇਵਲ ਇੱਕ ਗੂੰਜ ਅਨਹਦ ਧੁਨ ਵਾਹਿਗੁਰੂ ਸ਼ਬਦ ਦੀ ਚੱਲ ਰਹੀ ਹੈ। ਬੋਲੋ, ਭਾਈ ਵਾਲੇ ਵਾਲੀ ਸ਼ਕਤੀ, ਉਹਦੇ ਵਿੱਚ ਤੁਹਾਨੂੰ ਸ਼ਕਤੀ ਕਲਪ ਯੁੱਗਾਂ ਦਾ ਇੱਕ ਸਿਰਫ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਗੁਰੂ ਨਾਨਕ ਦਾ ਮਿਲੂਗਾ। ਬੋਲੋ, ਇੱਕ ਇੱਕ ਯੁੱਗ ਦਾ ਨਾਮ ਲਿਖਿਆ ਹੋਇਆ ਕਲਪ ਯੁੱਗਾਂ ਦਾ, ਭਾਈ ਵਾਲੇ ਵਾਲੀ ਸਾਖੀ ਪਿਆਰ ਨਾਲ ਪੜ੍ਹੇ, ਉਹ ਵੀ ਸਾਰਾ ਇੱਕ ਅਣਭਗਤ ਪ੍ਰਕਾਸ਼ ਦਾ ਹੀ ਸਰੂਪ। ਮੈਂ ਇਸ ਦੇ ਨਾਲ ਥੋੜਾ ਸਾ ਅੱਗੇ ਨੂੰ ਇੱਕ ਸਰੂਪ ਮੇਰਾ ਹੋਰ ਦੂਸਰਾ ਦੂਸਰੂਪ ਗ੍ਰੰਥ ਜੀ, ਜਾਨੋ ਆਪਣ ਅੰਗ ਮੇਰੇ ਕਰ ਮਨ। ਦੂਸਰਾ ਸਰੂਪ ਮੇਰਾ ਗੁਰੂ ਗ੍ਰੰਥ ਸਾਹਿਬ ਹਨ। ਬੋਲੋ, ਕੌਣ ਕਹਿ ਰਹੇ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਕਿ ਦੂਸਰਾ ਕਹਿੰਦੇ ਇਹ ਨਾ ਕਰ ਸਿੱਖਾ, ਸੰਧਿਆ ਸਵੇਰੇ ਅੱਜ ਵੀ ਕਰਾਈ, ਰੋਜ਼ ਕਰਾਈ ਦੀ ਹੈ, ਦੋ ਟਾਈਮ ਹੁੰਦੀ ਹੈ, ਦੋ ਦੋ ਘੰਟੇ। ਅਸ਼ ਉਹਨਾਂ ਨੂੰ ਦੱਸੀਦਾ ਕਿ ਇੱਕ ਪੱਤਰਾ ਵੀ ਕਿੱਦਾਂ ਪਲਟਣਾ ਇਤਿਹਾਸ, ਉਹ ਵਸਤੂ ਸਾਹਮਣੇ ਆਈ ਹੈ ਕਿ ਆਪਣਾ ਸੋਚ ਕੇ ਸਿੱਖਾਂ ਮੈਂ, ਇਹ ਤਾਂ ਪੱਤਰਾ ਕਾਗਜ਼ ਨਾ ਸਮਝ, ਇਹ ਸੋਚ ਕੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਅੰਗਾਂ ਨੂੰ ਮੇਰੇ ਹੱਥ ਲੱਗ ਰਹੇ ਨੇ। ਬੋਲੋ, ਕਿਤਨਾ ਭਾਗਾ ਵਾਲਾ ਹੋ ਜਿਸ ਦੇ ਗੁਰੂ ਨਾਨਕ ਦੇ ਅੰਗ ਪਰਸ਼ਨ ਨੂੰ ਇਹ ਪਵਿੱਤਰ ਹਸਤ ਕਮਲ ਹੁੰਦੇ ਹੋਣ ਲੱਗ ਗਏ ਤਾਂ ਪਵਿੱਤਰ ਹੀ ਹੋ ਗਏ।
ਜਿਸ ਦੇ ਨਾਲ ਲੱਗਿਆ ਇਹਨਾਂ ਨੂੰ ਵੀ ਪਵਿੱਤਰਤਾ ਹੀ ਮਿਲਦੀ। ਤੂੰ ਐਸੇ ਗੁਰਾਂ ਦੇ ਵਾਸਤੇ ਪਵਿੱਤਰ 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 ਪਨੀਰ ਚਾਰ ਗੱਲਾਂ ਦਾ, ਉਹ ਪਵਿੱਤਰ ਹੈ ਠੀਕ ਹੈ, ਤਾਂ ਜੇ ਉਹ ਪਵਿੱਤਰ ਹੈ ਦਸ ਪਾਤਸ਼ਾਹੀਆਂ ਦੇ ਗੁਰੂ ਗ੍ਰੰਥ ਸਾਹਿਬ ਵੀ ਪਵਿੱਤਰ ਹੈ, ਉਹਨਾਂ ਦਾ ਉਪਦੇਸ਼ ਵੀ ਪਵਿੱਤਰ ਹੈ ਔਰ ਇਸ ਉਪਦੇਸ਼ ਨੂੰ ਸੁਣਨ ਵਾਲਾ ਵੀ ਪਵਿੱਤਰ ਹੈ। ਬੋਲੋ ਉਸ ਨੂੰ ਸੁਣਨ ਵਾਲਾ ਪਵਿੱਤਰ ਹੈ। ਤੀਸਰੀ ਸਰੂਪ ਦੀ ਗੱਲ ਹੈ, ਦੇਖੋ ਮੈਂ ਕਿਤਨਾ ਹੈ ਕਿ ਦੇਖੋ ਤੁਸੀਂ ਕੌਣ। ਤੀਸਰ ਰੂਪ ਸਿੱਖ ਹੈ ਮੋਰ, ਬੋਲੋ ਤੁਸੀਂ ਉਹਦੀ ਅੰਸ਼ ਹੋ, ਉਹਦੇ ਬੱਚੇ ਠੀਕ ਹੈ। ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਆਖਿਆ ਸੀ ਚਾਰ ਮੂਏ ਤੋਂ ਕਿਆ ਹੋਆ ਜੀਵਤ ਗਈ, ਤੁਸੀਂ ਅੰਸ਼ ਕਿਹਾ ਉਹਨਾਂ ਨੇ ਬਣਾਈ ਹੈ ਤੁਹਾਡੇ ਦਿਲਾਂ ਚ ਆਉਂਦਾ ਉਹ ਇਤਰਾਜ਼ ਚੜਾ, ਪਰ ਗੁਰੂ ਦੇ ਦਿਲ ਚ ਕੋਈ ਇਤਰਾਜ਼ ਚੜਾ ਨਹੀਂ ਹੁੰਦਾ। ਬੋਲੋ ਕੋਈ ਮਹਾਂਪੁਰਖ ਹੋ ਕੂਨ ਉਹਦੇ ਦਿਲ ਚ ਨਹੀਂ ਸਾਡੇ ਚ ਆਉਂਦੇ ਨੇ ਇਤਰਾਜ਼ ਚੜਾ। ਤੀਸਰ ਰੂਪ ਸਿੱਖ ਹੈ ਮੋਰ ਨਾਲ ਕਿਤਨਾ ਆਖਿਆ ਕਿ ਬਾਣੀ ਪੜੇ ਨਿਸ ਅਰ ਭੋਰ, ਨਿਸ਼ਰਾਦ ਹੈ ਭੋਰ ਦਿਨ ਹੈ, ਉਹ ਸਿੱਖ ਮੇਰਾ ਹੀ ਸਰੂਪ ਹੈ ਜਿਹੜਾ ਕੇਵਲ ਰਾਤ ਦੇ ਦਿਨ ਇੱਕ ਮੇਰੀ ਹੀ ਬਾਣੀ ਪੜ੍ਹਦਾ ਹੈ। ਬੋਲੋ ਮੇਰਾ ਹੀ ਉਹ ਸਰੂਪ ਠੀਕ ਹੈ, ਇਸ ਕਰਕੇ ਇਸ ਮਰਿਆਦਾ ਗੁਰੂ ਕੇ ਵਚਨਾਂ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਜਾਣ ਨਾ ਦਓ ਖਾਲੀ, ਇਹ ਜਾਂਦੇ ਨੇ ਧੱਕੇ ਨਾਲ ਜਾਂਦੇ ਨੇ, ਮੱਥਾ ਰਗੜ ਕੇ ਕਹੋ ਕਿ ਸਾਡੀ ਝੋਲੀ ਚ ਪਾ ਦਿਓ। ਬੋਲੋ ਮੈਂ ਨਹੀਂ ਇਹ ਦਾਵਾ ਨਹੀਂ ਮੈਂ ਮੰਨਦਾ, ਜੇ ਆਪਾਂ ਨਹੀਂ ਜਾਣਦੇ ਨੇ ਮੈਂ ਤੁਹਾਨੂੰ ਵੀ ਨਹੀਂ ਕਹੂੰਗਾ। ਆਪਾਂ ਅਰਦਾਸ ਕਰਨੀ ਹੈ ਕਿ ਤੁਸੀਂ ਕਿਰਪਾ ਕਰੋ ਪਾਤਸ਼ਾਹ, ਇਹ ਅੰਮ੍ਰਿਤ ਵਚਨ ਸਾਡੇ ਅੰਦਰ ਟਕਾ ਕਰ ਗਿਆ, ਤੁਸੀਂ ਮਿਹਰ ਕਰੋ ਤਰੁੱਠੋ ਸਾਡੇ। ਇਸ ਦੇ ਵਿੱਚ ਇਹ ਬਾਣੀ ਪੜ੍ਹੈ ਨਿਸ ਹਰ ਭੋਰ, ਇਸੇ ਨੂੰ ਹੀ ਦਸਮੇਲ ਜੀਆਂ ਨੇ ਆਖਿਆ ਹੈ। Oh,
Yeah.
ਸਿੱਖ ਗੁਰੂ ਮਨ ਭਾਵੈ ਇਸ ਨੂੰ ਦਿਆਲ ਹੋਏ ਮੇਰਾ ਸੁਆਮੀ। ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਜੈ ਨਾਨਕ ਧੂੜ ਮੰਗੇ ਇਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ। ਇਹ ਉਹਨਾਂ ਸਿੱਖਾਂ ਦੀ ਕਮਾਈ ਦੀ ਗੱਲ ਕੇ ਗੁਰਮੁਖ ਕੋਟ ਅਦਾਰਾਂ ਦੇ ਨਾਮੇ ਇੱਕ ਕਿਤਨੀ ਕੁ ਉਹਨਾਂ ਦੀ ਕਮਾਈ ਹੋ, ਕਿਤਨਾ ਕੁ ਰਸਨਾ ਤੇ ਰਸ ਹੋ, ਕਿੰਨੀ ਕੁ ਗੁਰੂ ਨਾਨਕ ਦੀ ਦਿਆਲਤਾ ਤੇ ਬਖਸ਼ਿਸ਼ ਤੇ ਮਿਹਰ ਦਾ ਅੰਤ ਨਹੀਂ। ਜਿਹਨਾਂ ਦੀ ਇੱਕ ਕਣੀ ਦਾ ਸਰੂਪ ਇੱਕ ਸਵਾਸ ਜੇ ਭਲੇ ਦੇ ਇਲਾਕੇ ਦੇ ਕਰੋੜਾਂ ਜੀਵਾਂ ਦੀ ਕਲਿਆਣ ਹੋ ਜਾਵੇ। ਦੇਖੋ ਐਸੇ ਗੁਰਸਿੱਖ ਦੇ ਸਰੂਪ ਨੂੰ ਵਾਰ ਵਾਰ ਸਾਡੀ ਨਮਸਕਾਰ ਹੈ, ਜਿੱਥੇ ਦਾਦਿਆਂ ਤੋਂ ਇੰਨਾ ਦਰੁੱਟ ਚੁੱਕਿਆ। ਬਹੁਤ ਸਾਰੇ ਐਸੇ ਗੁਰਸਿੱਖਾਂ ਦੀਆਂ ਹਕੀਕਤਾਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਇਤਨਾ ਹੀ ਲਾ ਲਓ, ਧੰਨ ਬਾਬਾ ਹਰ ਸਿੰਘ ਜੀ ਮਹਾਰਾਜ ਪਤੇ ਮਹਾਂਪੁਰਖ ਸੀ। ਅੱਜ ਸਾਡਾ ਚਲੋ ਚੱਲਦਾ ਹੈ ਰਾਜੀ ਖੰਡਾ ਤੇ ਪਾਟਾ, ਕੁਛ ਅੰਮ੍ਰਿਤ ਤਿਆਰ ਕਰਨਾ, ਪਰ ਇਤਨਾ ਕੁ ਉਹਨਾਂ ਨੇ ਪ੍ਰਚਾਰ ਤੇ ਇਤਨਾ ਕੁ ਸੰਗਤਾਂ ਦੇ ਅੰਦਰ ਸਿੱਖੀ ਦਾ ਪਿਆਰ, ਉੱਥੇ ਪਾਟਿਆਂ ਨਹੀਂ ਸੀ ਬਣਦਾ, ਅੰਮ੍ਰਿਤ ਕੜਾਹਾ ਰੱਖਣਾ ਪੈਂਦਾ ਸੀ। ਬੋਲੋ ਕੜਾਹਿਆਂ 'ਚ ਅੰਮ੍ਰਿਤ ਤਿਆਰ ਵੀ ਕਰਨਾ ਪੈ ਗਿਆ ਪਾਟੇ ਚੋਣੀਏ ਹੁਣ ਪੂਰਾ ਹੋਣਾ। ਬਾਕੀ ਤੁਸੀਂ ਲਾ ਲਓ, ਮੈਂ ਤਾਂ ਸੀ ਕਿ ਗੁਰਮੁਖ ਕੋਟ ਅਦਾਲਤਾ ਦੇ ਨਾਮੇ ਇੱਕ ਕਣੀ ਐਸੇ ਸਤਪੁਰਸ਼ਾਂ ਦੀ। ਔਰ ਮੈਂ ਇਸ ਦੇ ਨਾਲ ਥੋੜ੍ਹਾ ਥੋੜ੍ਹਾ ਅੱਜ ਦਾ ਜਿਹੜਾ ਸਮਾਂ ਹੈ ਉਹਨੂੰ ਆਪਾਂ ਕੁਛ ਸ਼ੇਧ ਲੈਣੀ, ਗੁਰੂ ਕੀ ਬਾਣੀ ਤੋਂ ਲੈਣੀ, ਪੁਰਾਤਨ ਗੁਰਸਿੱਖਾਂ ਤੋਂ ਲੈਣੀ, ਗੁਰਾਂ ਤੋਂ ਲੈਣੀ, ਮਹਾਂਪੁਰਖਾਂ ਤੋਂ ਲੈਣੀ। ਇੱਕ ਸਿੱਖ ਦੇ ਵਾਸਤੇ ਮੈਂ ਇਹ ਤਾਂ ਪਹਿਲੇ ਕਹਿ ਦਿੰਦਾ ਕਿ ਰਾਜੇ ਮੰਨਣਾ ਤੇ ਨਾ ਮੰਨਣਾ ਤੁਹਾਡੇ ਹੱਥ 'ਚ ਹੈ, ਬਸ ਠੀਕ ਹੈ। ਬਾਕੀ ਇਹ ਮੇਰੇ ਤਾਂ ਬਸ ਦੀ ਗੱਲ ਨਹੀਂ, ਗਰੀਬ ਦੇ ਸਤਿਗੁਰੂ ਕਿਰਪਾ ਕਰਨ ਤੁਹਾਡੇ ਤੇ ਰਹਿਣੀ ਰਹੇ ਸੋਈ ਸਿੱਖ ਨਿਰ ਰਹਿਣੀ ਰਹੋ ਕੀ ਹੈ ਤੇਰੀ ਰਹਿਤ ਕੀ ਹੈ, ਪੰਜ ਬਾਣੀਆਂ 'ਚ ਰਹਿਣਾ। ਬੋਲੋ ਪੰਜ ਬਾਣੀਆਂ ਦਾ ਜੋ ਉਪਦੇਸ਼ ਹੈ ਤੂੰ ਇੱਥੇ ਤੁਰਨਾ ਖੁੱਲ ਹੈ, ਤੁਹਾਨੂੰ ਉੱਥੇ ਸੜਕ 'ਤੇ ਜਾ ਆਪਣੇ ਪਾਸੇ ਜਾ ਸਕਦਾ ਹੈ, ਕਿੱਧਰ ਜਾ ਸਕਦਾ ਹੈ, ਪਰ ਤੂੰ ਰਹਿ ਕੇ ਸਿਤਾਰੇ 'ਚ ਸਾਨੂੰ ਕੋਈ ਤੰਗੀ ਨਹੀਂ ਹੈ। ਅਸੀਂ ਖੁਸ਼ ਅਗਰ ਇਹਦੇ ਉਪਦੇਸ਼ ਦੇ ਅੰਦਰ ਅੰਦਰ ਮੇਰੀ ਸੁਰਤੀ ਚੱਕਰ ਕੱਢ ਲਈ ਤੂੰ ਕਿਤੇ ਵੀ ਤੁਰਿਆ ਫਿਰਦਾ ਕੋਈ ਗੱਲ ਨਹੀਂ, ਪਰ ਅਫਸੋਸ ਤੇ ਦੁੱਖ ਇਸ ਗੱਲ ਦਾ ਹੈ ਇਸਦੇ ਅੰਦਰ ਤੁਰਨ ਵਾਲਾ ਕੋਈ ਸਿੱਖ ਕਿਤੇ ਫਿਰਦਾ ਹੀ ਲੱਭਦਾ। ਹੋਰੇ ਰੰਗਾਂ 'ਚ ਤੁਰੇ ਹੋਵਾਂ, ਰਹਿਣੀ ਰਹੇ ਇਹਦੇ ਵਿੱਚ ਰਹੋ। ਕੀ ਗੱਲ ਜੇ ਮਾੜੀ ਤੀ ਕੀ ਵਾਹਿਗੁਰੂ ਵਾਹਿਗੁਰੂ ਕਰਨਾ ਇਹਦੇ ਵਿੱਚ ਰਹੇ। ਪੰਜ ਬਾਣੀਆਂ ਵਾਰ ਵਾਰ
ਰਹਿਣ ਵਾਲੇ ਗਿਆਨੀ ਗੁਰਵਚਨ ਸੁਹਾਉਣੀ 101 ਪਾਠ ਕਿਉਂ ਕਰਦੇ ਸੀ ਬੋਲੋ? ਸੰਜ ਵਾਲਾ ਸੁਹਾਉਣੀ ਕਿਉਂ ਇਤਨੀ ਬਾਣੀ ਪੜ੍ਹਦੇ ਸੀ? ਇਹ ਸਾਰਾ ਕੁਛ ਉਪਦੇਸ਼ ਦੀ ਗੱਲ ਹੈ। ਇਸੇ ਦਾਇਰੇ ਚ ਸੰਤ ਬਾਬਾ ਚੰਦ ਦਾਸ ਜੀ ਮਹਾਰਾਜ, ਜਿਨ੍ਹਾਂ ਦੇ ਅੰਦਰ ਪੂਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਂਗੂ ਇਹ ਹੈ ਅਸਲ ਕਮਰਾ। ਇੱਕ ਓਅੰਕਾਰ ਤੋਂ ਲੈ ਕੇ ਜੇ 18-10-20 ਤੱਕ ਜਿਨ੍ਹਾਂ ਨੂੰ ਇੱਕ ਵੀ ਅੱਖਰ ਐ ਇੱਕ ਪਾਸੇ ਨੇਤਰ ਬੰਦ ਕਰਕੇ ਐ ਪੜ੍ਹਨਾ ਸ਼ੁਰੂ ਕਰ ਦੇਣ ਔਰ ਦੂਸਰੇ ਪਾਸੇ ਜਾ ਕੇ ਬਿਨਾਂ ਗ੍ਰੰਥ ਪ੍ਰਕਾਸ਼ ਤੋਂ ਭੋਗ ਪਾ ਸਕਦੇ ਸੀ। ਜਾਂ ਪੂਰਨ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਹੈ ਅੰਦਰੋਂ ਅੰਤਰੀ, ਉਹ ਸੰਤ ਖਾਲਸਾ ਦਲ ਦੇ ਮਹਾਰਾਜ ਜੀ ਬਾਣੀ ਸਾਡੇ ਕਈ ਉਹਨਾਂ ਦੀ ਪਵਿੱਤਰ ਰਸਨਾ ਦੇ ਅਕਾਲ ਪੁਰਖ ਵੱਲੋਂ ਪਰਤਾਉਣ ਦਾ ਬਖਸ਼ਿਸ਼ ਦਾ ਸਮਾਂ ਮਿਲਿਆ। ਬੋਲੋ ਜੋ ਸੁਣਿਆ ਇੱਕ ਇੱਕ ਅੱਖਰ ਦੇ ਵਿੱਚ ਕਿਤਨਾ ਕਿਤਨੇ ਕੁ ਭੇਦ ਲੁਕੇ ਹੋਏ ਹਨ। ਮੈਂ ਇਸ ਗੱਲ ਦੇ ਨਾਲ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਸੋਈ ਸਿੱਖ ਕੀ ਆਖਿਆ ਮੇਰਾ, ਸਤਿਗੁਰ ਕਹਿ ਰਹੇ ਉਹ ਸਿੱਖ ਕਿਹਦਾ ਹੈ? ਮੇਰਾ ਹੈ। ਬੜੀ ਵੱਡੀ ਗੱਲ ਹੈ, ਇਹਦਾ ਅਰਥ ਤਾਂ ਬਹੁਤ ਦੂਰ ਚਲਿਆ ਗਿਆ ਕਿ ਸੋਈ ਸਿੱਖ ਮੇਰਾ। ਉਹ ਸਾਹਿਬ ਸ਼ਬਦ ਪੜ੍ਹਦਾ ਬਾਬਾ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਸਾਹਿਬ ਮੈਂ ਉਸਦਾ ਚੇਲਾ, ਆਪੇ ਗੁਰ ਚੇਲਾ। ਮੈਂ ਥੋੜਾ ਭਾਈ ਗੁਰਦਾਸ ਜੀਆਂ ਦਾ ਇਹ ਬੋਲ ਦਿੰਦਾ ਇੱਕ ਸ਼ਬਦ ਕਿ ਦੋਏ ਦੋਏ ਅੱਖੀ ਆਖੀਆਂ ਇੱਕ ਦਰਸ਼ਨ ਦੇਖੇ, ਨੇਤਰ ਦੋ ਨੇ ਤੇਰੇ, ਨੇਤਰ ਦੋ ਨੇ ਤੇਰੇ ਪਰ ਤੱਕਦੇ ਤੱਕਦੇ ਇੱਕ ਨੂੰ ਹੈ। ਬੋਲੋ ਦੋਏ ਦੋਏ ਸਰਵਣ ਵਖਾਣੀ ਹੈ, ਇੱਕ ਸੁਰਤ ਸੁਨੀਜੈ, ਦੋ ਦੋ ਕੰਨ ਨੇ ਪਰ ਸੁਣਦੇ ਇੱਕ ਨੂੰ ਹਨ। ਦੋਏ ਦੋਏ ਨਦੀ ਕਰਾ ਕਿਨਾਰੇ ਹੈ, ਪਾਰਾ ਵਾਰ ਨਾ ਦਿਸੈ, ਨਦੀ ਦੇ ਦੋ ਕਿਨਾਰੇ ਹਨ। ਆ ਇੱਧਰ ਇੱਕ ਕਿਨਾਰਾ ਗੁਰੂ ਹੈ, ਦੂਸਰਾ ਸਿੱਖ ਹੈ। ਬੋਲੋ ਵਿਚਾਰੇ ਕੀ ਹੈ, ਪਾਰਾ ਵਾਰ ਨਾ ਦਿਸੈ, ਪਰ ਇਹ ਨਹੀਂ ਪਤਾ ਲੱਗਦਾ ਦੋਨਾਂ ਦੇ ਨਾਲ ਲੱਗਿਆ ਕੀ ਹੈ, ਜਲ ਲੱਗਿਆ ਪਿਆ ਹੈ। ਉੱਧਰ ਸਿੱਖਾਂ ਦੇ ਕਿਨਾਰੇ ਨਾਲ ਵੀ ਉਹੀ ਸ਼ਬਦ ਚੱਲ ਰਿਹਾ ਤਾਂ ਉੱਧਰ ਵੀ ਉਹੀ ਚੱਲ ਰਿਹਾ। ਨਹੀਂ ਉਹ ਸਾਹਿਬ ਦੀ ਗੱਲ ਸੀ, ਆਪੇ ਗੁਰ ਚੇਲਾ, ਉੱਧਰ ਵੀ ਉਹੀ ਉੱਧਰ ਵੀ ਉਹੀ। ਏਕ ਜੋਤ ਦੋਏ ਮੂਰਤੀ, ਇੱਕ ਜੋਤ ਹੈ ਦੋ ਮੂਰਤ ਹੈ, ਇੱਕ ਸ਼ਬਦ ਸਰ ਸ਼ਰਸ਼ ਹੈ, ਇੱਕ ਪਾਸੇ ਦੋ, ਇੱਕ ਪਾਸੇ ਸਿੱਖ ਤੇ ਦੂਸਰੇ ਪਾਸੇ ਗੁਰੂ ਹੈ, ਪਰ ਦੋਨਾਂ ਦੇ ਦਰਮਿਆਨ ਦੇ ਵਿੱਚ ਉਸ ਅਕਾਲ ਪੁਰਖ ਦਾ ਸ਼ਬਦ ਚੱਲ ਰਿਹਾ। ਬੋਲੋ ਤੇਰੇ ਅੰਦਰ ਵੀ ਗੁਰੂ ਦਾ ਜਿਹੜਾ ਦਿੱਤਾ ਸ਼ਬਦ ਉਹੀ, ਉਹਨਾਂ ਦੇ ਅੰਦਰ ਵੀ ਉਹੀ।
ਇੱਥੇ ਤੱਕ ਵੀ ਇਹ ਜਿਹੜੀ ਗੱਲ ਸੀ ਰਾਜੇ, ਇਹ ਗੱਲ ਹੈ ਅਗਲੀ ਕਿ ਕਹਿੰਦੇ ਕੀ ਆ ਗਿਆ ਗੁਰੂ ਚੇਲਾ ਚੇਲਾ ਗੁਰੂ, ਕੀ ਆ ਗਿਆ ਗੁਰੂ ਕੀ ਹੈ ਚੇਲਾ ਤੇ ਚੇਲਾ ਕੀ ਹੈ ਗੁਰੂ। ਕਹਿੰਦੇ ਸਮਝਾਏ ਕਿਸੇ ਬੋਲੋ ਇਹ ਹੁਣ ਜਿਹੜੇ ਉਸ ਮੰਡਲ ਦੇ ਵਿੱਚ ਜਿੱਥੇ ਤਿੰਨ ਗੁਣ ਹੈ ਨੀ ਉੱਥੇ ਜਿਹੜਾ ਚਲਿਆ ਜਾਂਦਾ, ਉੱਥੇ ਜਿਹੜੀ ਆਤਮਾ ਚਲੀ ਗਈ ਹੈ ਉਹ ਬਸ ਉੱਥੇ ਸਮਝਾਉਣ ਦਾ ਨਾ ਕੋਈ ਲੋੜ ਹੈ। ਉੱਥੇ ਇੱਕੋ ਹੀ ਆਵਾਜ਼ ਆ ਸਾਰਿਆਂ ਦੀ, ਇੱਕ ਕਹਿ ਕੇ ਵਾਹਿਗੁਰੂ ਵਾਹਿਗੁਰੂ ਉਹਦੇ ਸਹੀ ਐਸਾ ਉਸ ਸਾਹਿਬ ਮੈਂ ਉਸਕਾ ਚਿਹਰਾ ਰਹਿਤ ਬਿਨਾ ਨਾ ਸਿੱਖ ਕਹਾਵੇ ਵੀ ਤੂੰ ਰਹਿੰਦਾ ਤਾਂ ਹੈ ਨੀ ਇਹਦੇ ਉਪਦੇਸ਼ ਵਿੱਚ, ਕਹਿੰਦਾ ਮੈਂ ਸਿੱਖ ਨਹੀਂ ਇਸ ਤਰ੍ਹਾਂ ਦੇ ਨਾਲ ਨਹੀਂ ਪਿੰਡੇ ਪੜ੍ਹਿਓ ਵੀ ਸਾਰੇ ਜਾਣੇ Yeah.
ਕੁੱਖ ਤੋਂ ਤੇਹਾਂ ਜੀਆਂ ਨੇ ਪ੍ਰਕਾਸ਼ ਲਿਆ। ਬੋਲੋ ਠੀਕ ਹੈ। ਤੇਹਾਂ ਦੇ ਅੰਕਰ ਦੋ ਪੁੱਤਰ ਸਨ, ਤੇਹਣ ਜੀਆਂ ਤੋਂ ਹੀ ਤੇਹਣ ਵੰਸ਼ ਦੂਜੇ ਪਾਤਸ਼ਾਹ ਦਾ ਚੜਿਆ ਸੀ। ਤੀਸਰੇ ਪਤ ਜੀਆਂ ਦੇ ਘਰੋਂ ਮਾਤਾ ਮਾਨਵੀ ਜੀ ਸਨ, ਉਹਨਾਂ ਦੀ ਕੁੱਖ ਤੋਂ ਪ੍ਰਕਾਸ਼ ਇੱਕ ਪੁੱਤਰ ਭੱਲਣ ਨੇ ਲਿਆ ਸੀ। ਬੋਲੋ ਦੂਸਰਿਆਂ ਦਾ ਨਾਮ ਚੰਦੂਰ ਆਪੇ ਗੁਰ ਚੇਲਾ ਦਾ, ਉਹਨੂੰ ਥੋੜਾ ਸਾ ਦੇਖਿਓ ਕਿ ਕਿਵੇਂ ਇਸ ਆਨੰਦ ਨੂੰ ਕਿ ਕੀ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਕੀ ਹੈ। ਮੈਂ ਭਾਈ ਦਿਆ ਸਿੰਘ ਦੇ ਦੂਸਰੇ ਕੌਣ ਸੀ, ਭਾਈ ਧਰਮ ਸਿੰਘ ਜੀ ਸਨ। ਠੀਕ ਹੈ, ਭਾਈ ਧਰਮ ਸਿੰਘ ਜੀ ਸਨ, ਜਿਹੜੇ ਕਿਹਨਾਂ ਦੇ ਅਵਤਾਰ ਸਨ, ਤੰਨੇ ਜੱਟ ਦੇ ਅਵਤਾਰ ਸਨ। ਬੋਲੋ ਭਾਈ ਧਰਮ ਸਿੰਘ ਜੀ ਤੰਨੇ ਦਿੱਲੀ ਚ ਜਿੱਥੇ ਅੱਜ ਗੁਰਦੁਆਰਾ ਮੋਤੀ ਬਾਗ ਉਸਰਿਆ ਉੱਥੇ ਇਹਨਾਂ ਦਾ ਪ੍ਰਕਾਸ਼ ਹੋਇਆ ਸੀ। ਅੱਜ ਉੱਥੇ ਗੁਰਦੁਆਰਾ ਮੋਤੀ ਬਾਗ ਦਿੱਲੀ ਦੀ ਮੈਂ ਪਾਕ ਪੱਟ ਨਾਲ ਹੈ, ਜਿੱਥੇ ਧੋਬੀ ਦੇ ਕੋਲੇ ਰਾਤ ਗੁਰੂ ਕੇ ਰੰਗ ਰੇਟੇ ਗੁਰੂ ਕੇ ਬੇਟੇ ਜਿਹਨਾਂ ਨੇ ਧੋਬੀ ਦੇ ਜਿੱਥੇ ਕੱਪੜੇ ਧੋਣ ਦਾ ਗੁਰਸਿੱਖ ਸ਼੍ਰੀ ਮਹਾਰਾਜ ਨੌਵੇਂ ਪਾਤਸ਼ਾਹ ਦਾ ਸੀ, ਜਦੋਂ ਕੀਰਤਪੁਰ ਨੂੰ ਲਿਆਉਣਾ ਅਨੰਦਪੁਰ ਨੂੰ, ਉੱਥੇ ਪਾਕ ਪੱਟ ਰਾਤ ਦੇ ਧੋਬੀ ਨੇ ਆਪਣੇ ਕੋਲੋਂ ਵਸਤਰ ਦਿੱਤਾ ਸੀ ਜਿਹੜਾ ਸ਼ੀਸ ਨੂੰ ਲਪੇਟਿਆ ਗਿਆ ਸੀ। ਇਹ ਸੇਵਾਵਾਂ ਦੀ ਉਹਦੇ ਨਾਲ ਗੁਰਦੁਆਰਾ ਮੋਤੀ ਬਾਗ ਹੈ। ਤੋ ਮੈਂ ਦੋ ਦੀ ਗੱਲ, ਅੱਛਾ ਹੁਣ ਇਹ ਕੀ ਗੱਲ ਬੋਲੋ, ਬੋਲੇ ਨਾ ਬਾਬਾ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ, ਹੁਣ ਉਹ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਭਗਤ ਜਿਹੜੇ ਅੱਗੇ ਚੇਲੇ ਬਣ ਕੇ ਆਏ। ਬੋਲੋ ਇੱਕ ਜਗ੍ਹਾ ਹੀ ਬੈਠੇ ਕਿ ਉਹ ਭਗਤਾਂ ਨੂੰ ਅਸੀਂ ਗੁਰੂ ਸਮਝ ਕੇ ਮੱਥਾ ਟੇਕਦੇ ਹਾਂ ਜਾਂ ਨਹੀਂ ਟੇਕਦੇ? ਟੇਕਦੇ ਹੋ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ, ਮੈਂ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੱਚਾ ਅਮਰ ਗੋਬਿੰਦ ਕਾ ਅਮਰ ਰਾਜੇ ਹੁਕਮ ਨੂੰ ਕਹਿੰਦੇ। ਇੱਕ ਅਮਰ ਸ਼ਬਦ ਅਮਰ ਵਾਸਤੇ ਵੀ ਆਊਗਾ, ਜਨਮ ਮਨ ਤੋਂ ਰਹਿਤ ਇੱਥੇ ਹੁਕਮ ਵਾਸਤੇ, ਜੈਸੇ ਤੁਸੀਂ ਪੜ੍ਹਦੇ ਹੋ ਭਾਗ ਪੜੇ ਉਹਦੇ ਚ ਵੀ ਆਇਆ ਸੱਚਾ ਅਮਰ ਸੱਚੀ ਪਾਤ ਸ਼ਾਹੀ ਸੱਚੇ ਸੇਤੀ ਰਾਜੇ, ਉਹਨਾਂ ਦਾ ਸੱਚਾ ਹੁਕਮ ਹੈ ਜਿਹਨੂੰ ਕੋਈ ਵੀ ਟਾਲ ਇੱਧਰ ਉੱਧਰ ਨਹੀਂ ਕਰ ਸਕਦਾ। ਤੋ ਮੈਂ ਇਸ ਗੱਲ ਦੇ ਨਾਲ ਕਿ ਸੱਚਾ ਅਮਰ ਬਸ ਇਸ ਦੁਨੀਆਂ 'ਚ ਜੇ ਇੱਕ ਹੁਕਮ ਹੈ ਤਾਂ ਗੁਰੂ ਗੋਬਿੰਦ ਸਿੰਘ ਦਾ ਸੱਚਾ ਹੈ। ਬੋਲੋ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ਸਤ ਸੰਗਤ ਮਿਲਾਪ ਕਰ। ਕੀ ਹੁਕਮ ਹੈ? ਕਹਿੰਦੇ ਇਹ ਆ ਸਤ ਸੰਗ 'ਚ ਮਿਲਾਪ ਕਰ ਲੈ। ਬੋਲੋ ਇੱਥੇ ਮਿਲਾਪ ਕਰ ਲੈ, ਪੰਜ ਦੂਤ ਸੰਘਾਰੈ, ਜੇ ਇਹ ਪੰਜਾਂ ਦਾ ਨਾਸ਼ ਕਰਨਾ ਹੈ ਤੇ ਮੇਰੀ ਸੰਗਤ ਵਿੱਚ ਆ ਜਾ, ਇੱਥੇ ਜ਼ੋਰ ਨਹੀਂ ਚੱਲਦਾ, ਆਹ ਦਰਵਾਜ਼ਾ ਤੁਸੀਂ ਲੰਘ ਲਿਆ, ਆਨੰਦ 'ਚ ਬੈਠੇ ਹੋ, ਬਾਣੀ ਨਾਲ ਜੁੜੇ, ਸ਼ਬਦ ਨਾਲ, ਕੀਰਤਨ ਨਾਲ, ਕਥਾ ਨਾਲ, ਮੁੰਤਰੀ ਹੋ, ਪੰਜ ਤਨ ਕਰਦੇ। ਬੋਲੋ ਨਹੀਂ, ਕਿਉਂ ਕਿ ਪਹਿਲੇ ਪਾਤਸ਼ਾਹ ਨੇ ਹੀ
ਆਖਿਆ ਸੀ ਕਿ ਜਿੱਥੇ ਕਲਯੁਗਾ ਮੇਰੀ ਸਤਸੰਗ ਹੋਊਗੀ ਉੱਥੇ ਤੇਰੀ ਸੈਨਾ ਪ੍ਰਵੇਸ਼ ਨਹੀਂ ਹੋ ਸਕਦੀ, ਗੇਟ ਤੋਂ ਬਾਹਰ। ਮਹਾਰਾਜ ਮੇਰਾ ਯੁੱਗ ਜੇ ਮੈਂ ਹੀ ਨਹੀਂ ਸਤਸੰਗ ਕਰਨੀ ਤਾਂ ਫਿਰ ਕਹਿੰਦੇ ਮੇਰਾ ਭਲਾ ਕਿਵੇਂ ਹੋਊਗਾ? ਕਹਿੰਦੇ ਫਿਰ ਉਹਨੇ ਕਹਾ ਜੀ ਜਦ ਕੜਾ ਪ੍ਰਸ਼ਾਦ ਵਰਤੂਗਾ ਬੋਲੋ ਉਹਨੇ ਕਰੋਲਾ ਰੁਪਾ ਥੋੜਾ ਨਹੀਂ ਸ਼ਾਂਤੀ ਹੈ। ਇੱਥੇ ਤਾਂ ਉਹਨੇ ਵੀ ਸ਼ਾਂਤੀ ਬਣੀ ਰਹਿੰਦੀ ਗੁਰੂ ਨਾਨਕ ਦੀ ਐਸੀ ਕਿਰਪਾ। ਮੈਂ ਕਿ ਇੱਕ ਜਗ੍ਹਾ ਦੇ ਉੱਤੇ ਦੋਨੋਂ ਜਾਣੇ ਬੈਠੇ ਹੋਏ, ਭਗਤ ਵੀ ਸਿੱਖ ਵੀ, ਇੱਕ ਗੱਲ ਹੋ ਗਈ ਅਸਾ। ਦੂਸਰੀ ਗੱਲ ਮੈਂ ਅੱਗੇ ਤੀਜੇ ਕੌਣ ਸੀ? ਭਾਈ ਹਿੰਮਤ ਸਿੰਘ ਜੀ ਮਹਾਰਾਜ, ਜਿਹਨਾਂ ਦਾ ਪਵਿੱਤਰ ਅਸਥਾਨ ਸੰਗਤਪੁਰ ਛੋਟੀ ਨਹੀਂ ਸੀ ਅੱਜ ਤੱਕ ਕਿਸੇ ਨੂੰ ਪਤਾ ਲੱਗਿਆ ਕਿ ਕਿਹੜਾ ਘਰ ਕਿਵੇਂ ਹੈ। ਜੇ ਉਸ ਪਵਿੱਤਰ ਅਸਥਾਨ ਨੂੰ ਜਿੱਥੇ ਭਾਈ ਸੰਗਤ ਆਪਣੇ ਪ੍ਰਕਾਸ਼ ਹੋਇਆ ਭਾਈ ਹਿੰਮਤ ਸਿੰਘ ਜੀਆਂ ਦਾ ਵੀ ਉਹ ਜੇ ਲੱਭਿਆ ਤਾਂ ਉਹ ਵੀ ਸੰਤ ਖਾਲਸਾ ਦਲ ਨੇ ਲੱਭਿਆ ਬੋਲੋ, ਉਹ ਵੀ ਕਿਸੇ ਨੂੰ ਨਹੀਂ ਲੱਭਿਆ। ਮੈਂ ਇਸ ਦੇ ਨਾਲ ਅੱਗੇ ਕਿ ਇਹ ਕੌਮ ਕਿੱਥੇ ਤੁਸੀਂ ਅੱਜ ਰਾਤੀ ਵੀ ਆਰਤੀ ਹੋਈ, ਰੋਜ਼ ਹੁੰਦੀ ਹੈ, ਔਰ ਇਹ ਆਰਤੀ ਵਿਦਰ ਦੇ ਵਿੱਚ ਉਚਾਰਨ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਜਗਨਨਾਥ ਜਗਨਨਾਥ ਤੋਂ ਉੱਥੇ ਉਚਾਰਨ ਕੀਤੀ, ਔਰ ਉਸ ਧਰਤੀ ਦੇ ਵਿੱਚ ਚੰਦਰਕ ਮੁਨੀ ਹਰੀਹਰ ਖੇਤਰ ਦੇ ਉੱਤੇ ਆਪਦੇ ਭਜਨ ਬੰਦਗੀ ਦੇ ਆਨੰਦ ਵਿੱਚ ਅਰੋੜ ਰਹਿਣਾ, ਬੰਦਰ ਨਹੀਂ ਜਾਨਵਰਾਂ ਨੂੰ ਫੰਡਾ ਉਹ ਆਇਆ ਕਿ ਆਹ ਮਹਾਂਪੁਰਖ ਬੜੀ ਕਮਾਈ ਵਾਲਾ, ਕੱਲ ਆਏ ਪਰਸੋਂ ਆਏ ਅੱਜ ਵੀ ਚਲੇ ਗਏ, ਕੋਈ ਜਾਨਵਰ ਹੀ ਨਹੀਂ ਮਿਲਿਆ। ਬੋਲੋ ਉਹ ਚੰਦਰਕ ਮੁਨੀ ਜੀ ਹਰੀਹਰ ਖੇਤਰ ਦੇ ਉੱਤੇ ਆਨੰਦ ਦੇ ਨਾਲ ਬੈਠੇ ਪਏ ਨੇ, ਔਰ ਨੇਤਰ ਭਗਵਾਨ ਨਾਲ ਲੱਗੇ ਪਏ। ਉਸ ਪੰਡਤ ਨੇ ਆ ਕੇ ਅੱਗੇ ਮੱਥਾ ਟੇਕਿਆ, ਅਰਦਾਸ ਕੀਤੀ ਕਿ ਹੇ ਮਹਾਂਪੁਰਖੋ ਦਿਆਲੂ, ਅੱਜ ਜੇ ਮੈਨੂੰ ਜਾਨਵਰ ਵਾਲੇ ਮਿਲ ਜਾਣ ਮੈਂ ਚੌਥਾ ਹਿੱਸਾ ਇੱਥੇ ਵੀ ਚਾੜ ਦਿਆਂ। ਬੋਲੋ ਮੈਂ ਚੌਥਾ ਹਿੱਸਾ ਇੱਥੇ ਵੀ ਚਾੜ ਦਿਆਂ। ਉਹ ਹੋ ਗਿਆ ਜਿਵੇਂ ਉਹਨੇ ਅਰਦਾਸ ਕੀਤੀ, ਉਹ ਪੂਰੀ ਹੋ ਗਈ, ਜਾਨਵਰ ਬੜੇ ਮਿਲ ਗਏ। ਉਹ ਆਇਆ ਮਹਾਂਪੁਰਖ ਆਨੰਦ ਨਾਲ ਬੈਠੇ, ਉਹਲੇ ਨੇਤਰ ਖੁੱਲੇ ਪਏ ਸੀ, ਆ ਕੇ ਤੇ ਜਾਨਵਰਾਂ ਲਿਆ ਕੇ ਅੱਗੇ ਕਹਿੰਦੇ ਇਹ ਕੀ ਭਾਈ? ਕਹਿਣ ਲੱਗੇ ਜੀ ਤੁਹਾਡੇ ਚਰਨਾਂ 'ਚ ਅਰਦਾਸ ਕਰਕੇ ਗਿਆ ਸੀ, ਮੈਂ ਚੌਥਾ ਹਿੱਸਾ ਸੁਖੀਆ ਸੀ, ਉਹ ਤੁਹਾਨੂੰ ਚਾੜ ਦਿੱਤਾ ਹੈ, ਜਾਨਵਰ ਨਹੀਂ ਸੀ ਮਿਲਦੇ, ਅੱਜ ਕਿਰਪਾ ਹੋ ਗਈ, ਸਰਕਾਰ ਵਾਲਾ ਮਿਲ ਗਿਆ। ਉਹ ਮਹਾਂਪੁਰਖ ਚੰਦਰਕ ਮੁਨੀ ਜੀ ਕਹਿਣ ਲੱਗੇ ਅਗਰ ਇੱਥੇ ਦੇ ਅਰਦਾਸਾਂ ਕੀਤੀਆਂ ਪੂਰੀਆਂ ਹੁੰਦੀਆਂ ਤਾਂ ਸੱਜਣਾ ਜੇ ਸਰਾਪ ਹੋ ਗਿਆ ਉਹ ਵੀ ਪੂਰਾ ਹੋਊ। ਫਿਰ ਬੋਲੋ ਨਹੀਂ ਤੈਂ ਇੱਕ ਮਹਾਂਪੁਰਖ ਦੇ ਅੱਗੇ ਕਿਹੜੀਆਂ ਸੁੱਕਣਾ ਤੇ ਜਨਮਾਂ ਤੇ ਜਿਹੜੀ ਜਾਨਵਰਾਂ ਦੀ ਹੱਤਿਆ ਇੰਨੀ ਹੋਈ, ਇਹ ਪਾਪ ਤਾਂ ਮੇਰੇ ਸਿਰ ਚੜੂ। ਉਸ ਵੇਲੇ ਕੀ ਆ ਕੇ ਚੰਦਰਕ ਮੁਨੀ ਮਹਾਂਪੁਰਖ ਨੇ ਕਹਿੰਦੇ ਸੱਜਣਾ ਤੈਨੂੰ ਮਾਫ ਇੱਕ ਸੱਤ ਤੇ ਕਰ ਸਕਦੇ ਆ ਹੁਣ, ਕਹਿੰਦੇ ਦੱਸ ਦਿਓ ਕੀ ਹੈ।
ਕਹਿੰਦੇ ਜੇ ਇੱਕ ਜਾਨਵਰ ਸਾਨੂੰ ਤੂੰ ਹੁਣ ਹੋਰ ਲਿਆ ਜਾਏਗਾ, ਕਹਿੰਦੇ ਉਹ ਕਿਹੜਾ ਜੀ? ਕਹਿੰਦੇ ਉਹਦਾ ਨਾਮ ਹੈ ਚਤੁਰਭੁਜੀ। ਚਤੁਰਭੁਜੀ ਹੈ ਉਹ ਲਿਆ ਲਓ, ਮਾਫ ਕਰਦੇ। ਜਿਉਂ ਲੱਗਿਆ ਟੋਲਣ, ਜਿਉਂ ਲੱਗਿਆ ਟੋਲਣ, ਮਨ ਚ ਇੱਕ ਨਿਸ਼ਚਾ ਕਰ ਲਿਆ, ਕਹਿੰਦਾ ਪ੍ਰਸ਼ਾਦਾ ਉਦੋਂ ਹੀ ਛਕਾਂਗੇ ਹੁਣ ਜਦ ਚਤੁਰਭੁਜੀ ਹੋਣਗੇ। ਕਹਿੰਦੇ ਨਹੀਂ, ਮੈਂ ਪ੍ਰਣ ਕਰ ਚੁੱਕੀ ਹਾਂ ਕਿ ਜਦ ਤੱਕ ਉਹ ਜਾਨਵਰ ਨਹੀਂ ਮਿਲਦਾ ਤਦ ਤੱਕ ਮੈਂ ਪ੍ਰਸ਼ਾਦਾ ਨਹੀਂ ਸਕਣਾ। ਤਾਂ ਉਸ ਵੇਲੇ ਕਹਿਣ ਲੱਗੀ, ਤੈਨੂੰ ਇਹ ਸਾਧ ਕਮਲੇ ਹੁੰਦੇ ਨੇ ਜੋ ਆਇਆ ਮੂੰਹ ਦੇ ਵਿੱਚ ਆਲ ਬਟਾਲ ਇਹ ਬੋਲ ਦਿੰਦੇ ਨੇ, ਇਹਨਾਂ ਨੂੰ ਕੀ? ਇਹ ਤਾਂ ਉਦਾਂ ਹੀ ਕਮਲਿਆਂ ਨੇ ਤੈਨੂੰ ਕਹਿ ਤਾ, ਚਤੁਰਭੁਜੀ ਤਾਂ ਕੋਈ ਜਾਨਵਰ ਨਹੀਂ, ਬੋਲੋ ਕੋਈ ਜਾਨਵਰ ਨਹੀਂ ਹੈ। ਉਹਨੂੰ ਗੁੱਸਾ ਚੜਿਆ, ਕਹਿੰਦਾ ਨਹੀਂ, ਮੈਂ ਜੇ ਅਰਦਾਸ ਕੀਤੀ ਹੈ ਤਾਂ ਉੱਥੇ ਪੂਰੀ ਹੋਈ ਹੈ, ਉਹ ਝੂਠ ਨਹੀਂ ਬੋਲ ਸਕਦੇ ਜਿਹੜੇ ਬਿਨਾਂ ਬੋਲਿਓ ਹੀ ਮੰਗਾਂ ਪੂਰੀਆਂ ਕਰ ਦੇਣ। ਉਹ ਹੁਣ ਕਿਵੇਂ ਝੂਠ ਬੋਲਣ? ਕਹਿੰਦੇ ਨਹੀਂ, ਉਹ ਘਰ ਵਾਲੀ ਦੇ ਮਗਰ ਪਿਆ ਵਿਚਾਰੀ, ਭੱਜੀ ਰੋਟੀ ਪਾਣੀ ਛੱਡ ਕੇ, ਕਹਿੰਦੀ ਮੇਰੇ ਵੱਲੋਂ ਮਰੋ ਜੋ ਕਰਨਾ ਕਰੋ, ਤੂੰ ਵੀ ਸਦਾਈ ਹੋਈ। ਅੱਛਾ, ਉਹ ਫਿਰ ਚਲਿਆ ਗਿਆ। ਆਖਰਤ ਨੂੰ ਨਾ ਲੱਭਿਆ ਉਹ ਜਾਨਵਰ, ਕਹਿੰਦਾ ਕੋਈ ਨੀ, ਜੇ ਉਹਨਾਂ ਦਾ ਵਚਨ ਨੀ ਪੂਰਾ ਕੀਤਾ ਮੈਂ ਜਾਂਦਾ ਵੀ ਨਹੀਂ ਉਹਨਾਂ ਦੇ ਸਿਖਰ ਤੇ। ਜੰਗਲ ਚ ਤੁਰਿਆ ਫਿਰਦਾ, ਉੱਥੇ ਲੱਕੜਾਂ ਇਕੱਠੀਆਂ ਕਰਕੇ ਸੁੱਕੀਆਂ ਤੇ ਚਿਖਾ ਚਿਣ ਲਈ, ਕਹਿੰਦਾ ਇਹਦੇ ਨਾਲ ਉਹਨੂੰ ਮਰ ਜਾਣਾ ਚੰਗਾ। ਚਿਖਾ ਚਿਣ ਕੇ ਮਰਨ ਦੀ ਤਿਆਰੀ ਕਰ ਲਈ। ਆਖਰਤ ਨੂੰ ਕਰਦਿਆਂ ਕਰਦਿਆਂ ਕੋਲੇ ਦੱਬੀ ਲਈ ਹੈ ਸਭ ਕੁਛ ਪਿਹਾਨ, ਅੱਗ ਲਈ ਤੇ ਬਹਿ ਜਾ ਸੱਜਣਾ ਉੱਤੇ ਦੇਖੀ ਜਾਓ, ਉਹ ਚਿਖਾ ਦੇ ਉੱਤੇ ਬਹਿ ਗਿਆ। ਬੋਲੋ, ਚਿਖਾ ਦੇ ਬਹਿ ਗਿਆ। ਬੈਠਣ ਤੋਂ ਬਾਅਦ ਜੋ ਮਨ ਦਾ ਫੈਸਲਾ ਸੀ, ਬਸ ਹੁਣ ਤਾਂ ਇਹਨੂੰ ਅੱਗ ਲਾ ਲਈਏ, ਅਜੇ ਮਨ ਚ ਵਿਚਾਰ ਕਰਦਾ ਸੀ, ਇੰਨੇ ਨੂੰ ਚਿਖਾ ਦੇ ਨਾਲੇ ਕੋਲ ਉਹ ਪਰ ਪਰ ਕਰਦਾ ਆ ਗਿਆ। ਬੋਲੋ, ਉਹ ਆ ਗਿਆ ਇੱਕਦਮ ਚਿਖਾ ਤੋਂ, ਫਿਰ ਉੱਠਿਆ, ਚੱਕਿਆ ਸਾਜੋ ਸਮਾਣਾ ਉੱਠਦਾ ਸਾਰਾ, ਉਹਦੇ ਮਗਰ ਭੱਜ ਰਿਹਾ ਜੰਗਲ, ਉਹ ਦੌੜਿਆ ਜਾਂਦਾ ਮਗਰ ਮਗਰ, ਉਹ ਕੰਡੇ ਵੱਜ ਬੁਰਾ ਹਾਲ, ਲੱਤਾਂ ਦੇ ਵਿੱਚ ਐ ਪੱਟ ਕੌਣ ਚਲੇ। ਆਖਰਤ ਨੂੰ ਕਰਦਾ ਮਗਰ ਜਾਂਦਾ ਜਾਂਦਾ ਅਖੀਰ ਨੂੰ ਬਸ ਜਿੱਦਾਂ ਹੁਣ ਪਾਣੀ ਨਾ ਕੁਝ ਐ ਡਿੱਗਣ ਵਾਲਾ ਹੋ ਗਿਆ। ਫਿਰ ਮਨ ਇਹ ਸੁਰਾ ਟੋਲ ਸੀ, ਕਹਿੰਦਾ ਮਾਰ ਤੇ ਖਤਮ ਹੋ ਜਾ, ਇਹ ਨੀ ਤੇਤੇ ਫੜਿਆ ਜਾਣਾ। ਬੋਲੋ, ਇਹ ਨੀ ਫੜਿਆ ਜਾਣਾ। ਪਰ ਜਿਹੜੇ ਐ ਸੁਰਾ ਕੀਤਾ ਕਿਸਨੇ? ਔਰ ਕੀਤੀ ਸੀ ਸੁਰੀ ਭਗਤ ਸੂਰਦਾਸ ਜੀ ਨੇ ਕੀਤੀ ਸੀ ਨਾਰਦ ਨੂੰ ਸਮਝਾਉਣ ਵਾਸਤੇ। ਝਾੜੀ ਵਿੱਚ ਫਸ ਗਿਆ, ਨਹੀਂ ਉਹ ਖੰਭਾ ਮਾਰੀ ਗਏ ਉਦੋਂ ਨਿਕਲੇ। ਫਿਰ ਮਨ ਚ ਜਾਣ ਪਈ ਕਿ ਹੁਣ ਫੜ ਲੈਣਾ ਹੋਇਆ ਗਾ, ਉਹਨੂੰ ਪਕੜ ਲਿਆ, ਜਾਲ ਕੋਲੇ ਸੀ ਉਹਦੇ ਵਿੱਚ ਪਾਇਆ, ਦੋ ਤਿੰਨ ਦਫ਼ਾ ਪਟਕਾਰ ਕੇ ਧਰਤੀ ਤੇ ਮਾਰਿਆ। ਬੋਲੋ,
ਉਹਨੂੰ ਐ ਮਾਰ ਕੇ ਦੋ ਚਾਰ ਡੱਬਾ ਛੁੱਟਿਆ, ਐ ਪਿੱਛੇ ਮਗਰੇ ਤੁਰ ਪਿਆ ਹਰੀਹਰ ਸੇਤਰ ਨੂੰ ਆਇਆ। ਔਰ ਆ ਕੇ ਉਹ ਮਹਾਂਪੁਰਖ ਸਾਹਮਣੇ ਬੈਠੇ ਪਏ, ਲਿਆ ਕੇ ਐ ਕਰਕੇ ਆ ਪਕੜੋ ਮਹਾਂਪੁਰਖ ਕੋ ਬੋਲੋ। ਪੜਨਾ ਪਕੜਨਾ ਕੀ ਸੀ, ਜਦ ਸਾਹਮਣੇ ਐ ਸੁੱਟਿਆ ਤਾਂ ਚੰਦਰਕ ਮੁਨੀ ਜੀ ਦੇ ਨੇਤਰਾਂ ਚੋਂ ਸ਼ਮ ਸਮ ਅੱਤਰ ਡਿੱਗੇ। ਧਰਤੀ ਆ ਗਈ, ਇਹ ਭਗਵਾਨ ਤੂੰ ਇਹਦੀ ਪਾਈ ਚ ਕਿੱਥੇ ਫਸ ਗਿਆ ਬੋਲੋ, ਇਹ ਭਗਵਾਨ ਤੂੰ ਕਿੱਥੇ ਫਸ ਗਿਆ ਇਹਦੀ ਪਾਈ। ਕਹਿੰਦੇ ਭਾਈ ਮੈਂ ਤਾਂ ਨਹੀਂ ਸੀ ਫਸਦਾ, ਤੈਂ ਹੀ ਫਸਾ ਦਿੱਤਾ, ਤੂੰ ਮੁੱਖ ਤੋਂ ਬਚਨ ਸਾਧੂਆ ਕਰ ਦਿੱਤਾ ਕਿ ਚਤਰ ਪੂਜੀ ਜਾਨਵਰ ਲਿਆ ਲਓ। ਚਤਰ ਪੂਜੀ ਜਾਨਵਰ ਹੈ ਨਹੀਂ ਸੀ, ਮੈਨੂੰ ਬਣਨਾ ਪੈ ਗਿਆ ਕਿ ਫਕੀਰੀ ਵਾਲੇ ਨਾਮ ਨੂੰ ਲਾਜ ਲੱਗ ਜਾਵੇ, ਮੇਰੇ ਨੇ ਮੈਂ ਇਹਨਾਂ ਦਾ, ਜੇ ਅੱਜ ਨਾ ਇਹ ਮਿਲਿਆ ਕਹਿਣਗੇ ਸਾਨੂੰ ਝੂਠ ਬੋਲਦੇ ਨੇ, ਬੋਲੋ ਮੈਂ ਨਹੀਂ ਤਾਂ ਇਹਨੂੰ ਇੱਥੇ ਕਈ ਮਨ ਸਾਚਾ ਮੁਖ ਸਾਚਾ ਸੋਏ ਕਬਰ ਨਾ ਪੇਕੇ ਇੱਕ ਦਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਮੈਨੂੰ ਬਣਨਾ ਪੈ ਗਿਆ। ਉਸ ਵੇਲੇ ਕੌਣ ਚੰਦਰ ਮੁਨੀ ਜੀਆਂ ਨੂੰ ਉਹ ਫੰਦਕ ਕਹਿ ਰਿਹਾ, ਕਹਿੰਦਾ ਇਹ ਭਗਵਾਨ, ਕਹਿੰਦਾ ਨਾਮ ਭਗਵਾਨ ਉਹ ਖੋਲਿਆ, ਉਹ ਮੱਥਾ ਰਗੇ ਦਾ ਪਾਪ ਹੋਇਆ ਸੀ, ਇਹ ਭਗਵਾਨ ਦੂਜਾ ਉਸ ਤੋਂ ਵੀ ਉਤੋਂ ਦੀ ਮੈਨੂੰ ਬਖਸ਼ ਲਵੋ। ਤਾਂ ਉਸ ਵੇਲੇ ਭਗਵਾਨ ਨੇ ਕੀ ਵਚਨ ਕੀਤਾ, ਕਹਿੰਦੇ ਆ ਯੁੱਗ ਤਰੀਤਾ ਚੱਲਦਾ ਦੁਆਪਰ ਆ ਜਾਣਾ ਹੈ, ਔਰ ਉਸ ਤੋਂ ਬਾਅਦ ਦੇ ਵਿੱਚ ਫਿਰ ਕਲਯੁੱਗ ਆਊਗਾ, ਗੁਰੂ ਨਾਨਕ ਦੀ ਜੋਤ ਜਦੋਂ ਦਸਵੀਂ ਜਾਮੇ ਚ ਆਵਾਂਗੇ ਉਦੋਂ ਤੈਨੂੰ ਹੁਣ ਸਿਰ ਲੈ ਕੇ ਬਖਸ਼ਾਂਗੇ, ਉਦੋਂ ਤੈਨੂੰ ਸਿਰ ਲੈ ਕੇ ਬਖਸ਼ਾਂਗੇ। ਇਹ ਸੀ ਤੀਸਰੇ ਪਿਆਰੇ, ਇਹ ਕਿੱਥੋਂ ਤੋਂ ਤੁਰਿਆ ਆਉਂਦਾ, ਮੈਂ ਤੀਜਿਆਂ ਤੋਂ ਅੱਗੇ ਚੌਥਿਆਂ ਦੀ ਭਾਈ ਮੋਕ ਮਸ਼ੀਨ ਵਿੱਚ ਇਹ ਜਿੱਥੇ ਦੁਆਰਕਾ ਨਗਰੀ ਕਿਸਦੇ ਅਵਤਾਰ ਸਨ ਭਗਤ ਨਾਮਦੇਵ ਜੀਆਂ ਦੇ, ਬੋਲੋ ਭਗਤ ਨਾਮਦੇਵ ਜੀਆਂ ਦੀ, ਜਿੱਥੇ ਮਰੀ ਹੋਈ ਗਊ ਨੂੰ ਜਿਉਂਦਾ ਕੀਤਾ ਸੀ, ਜਿਸ ਧਰਤੀ ਚ ਨਾਮਦੇਵ ਦਾ ਛੱਪਰ ਬੰਨਿਆ ਸੀ, ਇਹ ਉਸ ਧਰਤੀ ਦੇ ਅਵਤਾਰ ਸਨ। ਪੰਜਵੇਂ ਬਿਰਧ ਜਿੱਥੇ ਅੱਜ ਨਾਨਕ ਝੀਰਾ ਬਣਿਆ ਗੁਰਦੁਆਰਾ ਸਾਹਿਬ, ਉਸ ਬਿਰਧ ਦੀ ਪਵਿੱਤਰ ਧਰਤੀ ਦੇ ਵਿੱਚ ਭਗਤ ਸੈਣ ਜੀਆਂ ਦਾ ਜਿਹੜਾ ਬਿਰਧ ਦਾ ਪ੍ਰਕਾਸ਼ ਸੀ, ਇਹ ਭਾਈ ਸਾਹਿਬ ਸਿੰਘ ਕਿਹਦੇ, ਭਾਈ ਸੈਣ ਜੀਆਂ ਦੇ ਅਵਤਾਰ ਭਗਤ ਜੀਆਂ ਦੇ ਹੋਏ, ਬੋਲੋ। ਮੈਂ ਐਸੀ ਸੰਤਾਂ ਭਗਤਾਂ ਦੇ ਵਾਸਤੇ ਇਹ ਪਿਆਰ ਜਿਹੜਾ ਪਿੱਛਿਓ ਪਤਾ ਨਹੀਂ ਕੀ ਆਖਿਆ ਸੀ ਗੋਇਆ ਆਨੰਦ ਲਾਲ ਨੇ, ਜਦ ਪੁੱਛਿਆ ਦਸਮੇਹ ਜੀਆਂ ਨੂੰ ਕੀ ਆਖਿਆ, ਕਹਿੰਦੇ ਹੇ ਮੇਰੇ ਪਾਤਸ਼ਾਹ ਆਪਣਾ ਪਿਆਰ ਕਦਕ ਦਾ ਤੁਰਿਆ ਆਉਂਦਾ, ਅਸੀਂ ਕਦਕ ਦੇ ਤੁਹਾਡੇ ਨਾਲ ਹਾਂ, ਗੁਰੂ ਗੋਬਿੰਦ ਸਿੰਘ ਜੀ ਪੁੱਤਰ ਦੇਣ ਦੀ ਬਜਾਏ ਕਮਾਣ ਦੇ ਵਿੱਚੋਂ ਨਹੀਂ
ਲੈ ਕੇ ਕਮਾਨ ਖਿੱਚਿਆ ਤੀਰ ਤੇ ਪੱਥੇ ਚੋ ਤੀਰ ਕੱਢਿਆ ਜੀ ਉਹਨੂੰ ਚਾਹ ਲਿਆ ਚਲਾ ਕੇ ਖਿੱਚ ਦਿੱਤਾ ਕਿੱਥੇ ਖਿੱਚਿਆ ਸੀ ਪੌਂਦਾ ਸਾਹਿਬ ਦੀ ਧਰਤੀ ਤੇ ਉਹ ਜਾ ਕੇ ਆਕਾਸ਼ਾਂ ਨਾਲ ਖੜਖੜਾਇਆ ਉਤੋਂ ਦੋ ਜਟਾ ਜੁਟ ਸਾਧੂ ਉਤਰੇ ਤੇ ਆਵਾਜ਼ ਆ ਰਹੀ ਬਖਸ਼ ਲਓ ਬਖਸ਼ ਦਸਮੇਸ਼ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਨਮਸਕਾਰ ਕਰਨ ਤੋਂ ਕਹਿੰਦੇ ਫਕੀਰੋ ਆ ਤੁਹਾਡਾ ਭਾਈ ਬੈਠਾ ਹੈ ਪੁੱਛਦਾ ਕਿ ਪਿਆਰ ਕਦਕ ਦਾ ਇਹਨੂੰ ਦੱਸਦਾ ਦੋ ਬੋਲੋ ਸ਼ੁਕਰ ਹੈ ਤੁਹਾਨੂੰ ਪਿਤਾ ਜੀ ਨਾਲ ਲੈ ਨਹੀਂ ਤੁਹਾਨੂੰ ਨਾਲ ਸਾਨੂੰ ਸਾਡੇ ਚਿੱਤ ਤਰਸਦਾ ਸੀ ਤੂੰ ਵੀ ਪੂਜਣ ਯੋਗ ਹੈ ਕਿ ਤੈਂ ਪੁੱਛਿਆ ਤੇ ਬਹਾਨਾ ਬਣ ਗਿਆ ਬੋਲੋ ਦਾਸ ਵੇਲੇ ਉਹ ਸਾਧੂਆਂ ਨੇ ਆਖਿਆ ਕਹਿੰਦੇ ਗੋਇਆ ਵੀ ਸਾਨੂੰ ਬਹੁਤਾ ਤਾਂ ਨਹੀਂ ਪਤਾ ਪਰ ਜਦੋਂ ਕਦੇ ਨਾਲ ਇੱਥੋਂ ਤੱਕ ਜਾ ਜਾ ਉਦੋਂ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਪੌਂ ਸੀ ਨਾ ਪਾਣੀ ਸੀ ਆਪਾਂ ਉਦੋਂ ਵੀ ਇਹਨਾਂ ਦੇ ਨਾਲੇ ਸੀ ਇਹ ਪਿਆਰ ਜਿਹੜਾ ਹੈ ਇਸ ਮਰਿਆਦਾ ਦੇ ਵਿੱਚ ਰਹਿਣਾ ਮੈਂ ਤਾਂ ਸੀ ਕਿ ਰਹਿਣੀ ਰਹੇ ਵੀ ਐਡੀ ਕੁ ਤੇਰੀ ਰਹਿਤ ਕਿਸਨੇ ਧਾਰਨ ਕੀਤੀ ਹੋ ਕਿ ਜਿਹੜੀ ਇਹ ਜੁੱਗਾਂ ਜੁੱਗਾਂ ਚ ਵੀ ਤੇਰੇ ਨਾਲੇ ਰਹੇ ਹੋਣ ਬੋਲੋ ਇਹ ਹੈ ਰਹਿਣੀ ਨਹੀਂ ਵਿੱਚੇ ਤੇਰੇ ਚ ਹੀ ਰਹੇ ਫੇਰ ਹੋ ਕੇ ਬਾਹਰ ਨਹੀਂ ਗਏ ਰਹਿਣੀ ਰਹੇ ਸੋਈ ਸਿੱਖ ਉਸ ਸਾਹਿਬ ਮੈਂ ਉਸਕਾ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਉਸ ਰਹਿਤ ਚੋਂ ਮਰਿਆਦਾ ਚੋਂ ਬਾਣੀ ਚੋਂ ਸ਼ਬਦ ਚੋਂ ਬਾਹਰ ਦਿੱਤੀ ਗਈ ਤਾਂ ਝੂਠਾ ਹੀ ਨੇ ਬੋਲੋ ਰਹਿਤ ਬਿਨਾ ਦਰ ਝੂਠਾ ਖਾਵੇ ਤੋਂ ਹੁਣ ਖਾਲਸਾ ਖਾਸ ਕਹਾਵੇ ਸੋਈ ਜੰਗ ਹੈ ਹਿਰਦੈ ਭਰਮਣਾ ਕੋਈ ਪਰਮ ਭੇਦ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਖਾਲਸਾ ਸੋਏ ਕੌਣ ਹੈ ਖਾਲਸਾ ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੈ ਖਾਲਸਾ ਸੋਏ ਨਾਮ ਰਤ ਲਾਗੈ ਖਾਲਸਾ ਸੋ ਜੋ ਨਿਰਧਨ ਕੋ ਪਾਲੈ ਉਹ ਖਾਲਸਾ ਹੈ ਜਿਹੜਾ ਗਰੀਬ ਦੇ ਵਾਸਤੇ ਆਪਣਾ ਕੁਰਬਾਨ ਕਰ ਦਿੰਦਾ ਨਹੀਂ ਤੂੰ ਪਿਓਰ ਆ ਖਾਲਸਾ ਹੈ ਗਰੀਬ ਦਾ ਸੰਸਾਰੇ ਬੈਠਾ ਹੈ ਮਹਾਰਾਜ ਇੱਕ ਨਾਮ ਦਾ ਪੈਸਾ ਕੋਲ ਸਾਡੇ ਹੈ ਨਹੀਂ ਇਹੋ ਜਿਹਾ ਖਾਲਸਾ ਮਿਲਾ ਦੇ ਜਿਹੜਾ ਮਦਦ ਕਰ ਦੇਵੇ ਸਾਨੂੰ ਨਹੀਂ ਖਾਲਸਾ ਸੋ ਜੋ ਨਿਰਧਨ ਕੋ ਪਾਲੈ ਖਾਲਸਾ ਸੋ ਜੋ ਦੁਸ਼ਟ ਕੋ ਗਾਲੈ ਜਿਹੜਾ ਦੁਸ਼ਟਾਂ ਨੂੰ ਗਾਲ ਦੇਵੇ ਉਹ ਖਾਲਸਾ ਜੇ ਨਹੀਂ ਕਰੇ ਤਾਂ ਅਜੇ ਖਾਲਸੇ ਨਹੀਂ ਅਸੀਂ ਬਣੇ ਖਾਲਸਾ ਸੋ ਜੋ ਚੜੇ ਤਰੰਗ ਜਿਹੜਾ ਹਰ ਵੇਲੇ ਐਸ਼ਵਾਰੀ ਰੱਖਦਾ ਹੈ ਬੋਲੋ ਸ਼ਬਦ ਚ ਰੂੜ ਰਹਿੰਦਾ ਨੰਦ ਦੇ ਖਾਲਸਾ ਸੋ ਜੋ ਨਿਤ ਕਰੇ ਜੰਗ ਨਿਤ ਕਹਿ ਦਿੱਤਾ ਹਰ ਰੋਜ਼ ਨਿਤ ਨੇਮ ਨਾਲ ਪੰਜ ਬਾਣੀਆਂ ਦਾ ਸ਼ਸਤਰ ਚਲਾਉਂਦੇ ਰਹੋ ਜੇ ਵਿੱਚ ਤੋੜ ਦਿੱਤੀ ਤਾਂ ਫਿਰ ਤਾਂ ਜੇ ਖਾਲਸਾ ਹੀ ਨਹੀਂ ਨੇਮ ਇਹ ਵੈਸੇ ਨੇਮ ਹੈ ਜਿਹੜਾ ਚੌਥਾ ਅੰਗ ਯੋਗ ਦਾ
ਨਹੀਂ, ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਇਹ ਪਤਾ ਹੈ। ਹੁਣ ਇਹ ਖਾਲਸਾ ਵਸਤੂ ਕਿਹੋ ਜਿਹੀ, ਔਰ ਖਾਲਸੇ ਦਾ ਤੇ ਗੁਰੂ ਦਾ ਪਿਆਰ ਕੀ ਵਸਤੂ ਹੈ, ਜਿਸ ਨੂੰ ਅਸੀਂ ਸੇਵ ਕਰੀ ਇਨਹੀਂ ਕੀ ਭਾਵ। ਤੁਲਨਾ ਕਰਿਓ ਕਿ ਕਿੱਥੇ ਖੜੇ ਹੋ ਤੇ ਗੁਰੂ ਕਿੱਥੇ ਖੜਾ ਹੈ। ਕੀ ਆਖਿਆ? ਕਹਿੰਦੇ ਸੇਵ ਕਰੀ, ਗੁਰੂ ਇੰਨਾ ਕੁ ਵਿਕਿਆ ਖਾਲਸੇ ਤੇ, ਪਰ ਖਾਲਸਾ ਨਹੀਂ ਇੰਨਾ ਵਿਕਿਆ। ਮਹਾਰਾਜ ਕਹਿੰਦੇ ਇਹਨਾਂ ਦੀ ਸੇਵਾ ਜਿਹੜੀ ਮੇਰੇ ਖਾਲਸੇ ਦੀ ਕਰਦੇ ਕੋਈ ਕਰਦਾ ਉਹੀ ਮੈਨੂੰ ਭੁੰਦੀ ਹੈ। ਸੇਵ ਕਰੀ ਇਨਹੀਂ ਕੀ ਭਾਵ, ਔਰ ਕੀ ਸੇਵਨਾ ਸੁਹਾਗ ਠੀਕ। ਇਹਨਾਂ ਦੀ ਜੋ ਸੇਵਾ ਕਰਦਾ ਉਹ ਮੇਰਾ ਮਨ ਖੁਸ਼ ਹੁੰਦਾ, ਇਹ ਤੋਂ ਬਿਨਾਂ ਜਿਹਦੀ ਮਰਜ਼ੀ ਕਰੀ ਜਾਂਦਾ ਮੈਨੂੰ ਕੋਈ ਖੁਸ਼ੀ ਨਹੀਂ। ਬੋਲੋ ਕਿੰਨਾ ਪਿਆਰ ਹੈ। ਨਿਰੰਕਾਰੀ ਕਹਿ ਰਿਹਾ ਗੁਰੂ, ਨਿਰੰਕਾਰੀ ਸੀ। ਸੇਵ ਕਰੀ ਇਨਹੀਂ ਕੀ ਭਾਵਤ ਔਰ ਕੀ ਸੇਵਨਾ ਸੁਹਾਗ ਠੀਕ। ਦਾਨ ਦਿਓ ਇਨਹੀਂ ਕੋ ਭਲੋ, ਅਰ ਆਣ ਤੋਂ ਦਾਨ ਨਾਲ ਲਾਗਤ ਨੀਕੋ ਨੀਕੋ ਚੰਗਾ। ਕਹਿੰਦੀ ਜੋ ਦਾਨ ਕਿਸੇ ਨੇ ਕਰਨਾ ਹੈ, ਕਹਿੰਦੇ ਮੇਰੇ ਖਾਲਸੇ ਨੂੰ ਕਰ ਦੇਵੋ, ਇਹ ਮੈਨੂੰ ਉੱਜ ਰਿਹਾ ਤੇ ਮੈਨੂੰ ਚੰਗਾ। ਅਰ ਆਣ ਤੋਂ ਦਾਨ ਹੋਰ ਕਿਸੇ ਨੂੰ ਦੇਈ ਜਾਂਦੇ ਹੋ, ਕਹਿੰਦੇ ਮੈਨੂੰ ਨੀ ਚੰਗਾ ਲੱਗਦਾ। ਬੋਲੋ ਕਿੰਨਾ ਬੱਚੇ ਨਾਲ ਪਿਆਰ ਹੈ ਮਾਂ ਪਿਓ। ਅਰ ਆਣ ਤੋਂ ਦਾਨ ਨਾ ਲਾਗਤ ਚੰਗਾ ਮੈਨੂੰ ਨਹੀਂ ਲੱਗ। ਆਗੈ ਬਲੈ ਇਨਹੀ ਕੋ ਦਿਓ, ਜਗ ਮੈਂ ਜਸ ਔ ਦਿਓ ਸਾਥੀ ਕੋ। ਕਹਿੰਦੇ ਅੱਗੇ ਜੇ ਬਲਣਾ ਹੈ ਤਾਂ ਇਹਨਾਂ ਨੂੰ ਦਿੱਤਾ ਹੋਇਆ ਹੀ ਬਲੂਗਾ। ਇਹ ਜਗ ਵਿੱਚ ਜਸ ਹੈ, ਔਰ ਜਿਹੜਾ ਬਲਬੇ ਦੀਪ ਸਿੰਘ ਨੂੰ ਦੇਵਾਂਗੇ ਉਹ ਅੱਗੇ ਫਲ ਗਿਆ। ਬੋਲੋ ਅੱਗੇ ਫਲ ਗਿਆ। ਔਰ ਦਿਓ ਸਭ ਕੋ ਬਾਕੀ ਫਿੱਕੀ ਹੈ। ਇੱਥੇ ਤੱਕ ਸਤਿਗੁਰੂ ਜੀ ਕਹਿ ਗਏ ਨੇ, ਮੂਹ ਗ੍ਰਹਿ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨ ਕੋ, ਸਭ ਹੀ ਇਨ ਕੋ। ਮਹਾਰਾਜ ਜੀ ਆਖਿਆ ਕਹਿੰਦੇ ਮੇਰੇ ਘਰ ਦੇ ਵਿੱਚ ਮੋਗ ਰਹਿਮੇ ਤਨ, ਤਨ ਹੈ ਮਨ, ਸਿਰ ਲਓ ਦੋਵਾਂ ਥੱਲੇ ਤੋਂ ਲੈ ਕੇ ਸਿਰ ਆਖਰ ਧਰਤੀ ਤੋਂ ਸੱਚਖੰਡ ਲਾਲੋ ਗੁਰੂ ਦਾ ਸਿਰ। ਬੋਲੋ ਕਿ ਸਾਡਾ ਤੋਂ ਨਹੀਂ ਕਿਸੇ ਦੀ ਗੱਲ। ਸਿਰ ਲਓ ਧਨ, ਸਿਰ ਅੱਖੀ ਸੱਚਖੰਡ ਤੱਕ ਵੀ ਜੋ ਆ ਸੱਚਖੰਡ ਸੁਝਾਈ ਬਾਣੀ ਬਾਣੀ ਧੁਰ ਦਰਗਾਹ। ਸਿਰ ਲਓ ਧਨ ਹੈ। ਜਸਵੀਰ ਜੀ ਕੀ ਆਖਿਆ ਅਕਾਲ ਸਿੰਘ? ਕਹਿੰਦੇ ਸਭ ਹੀ ਇਨ, ਇਹ ਕਹਿੰਦੇ ਜਿੰਨਾ ਹੈ ਸਾਰਾ ਇਹਦੇ ਵਾਸਤੇ ਹੀ ਹੈ। ਬੋਲੋ ਹੁਣ ਦੱਸੋ ਇਸ ਤੋਂ ਜ਼ਿਆਦਾ ਪਿਆਰ ਕੀ ਤੁਸੀਂ ਕਹਿੰਦੇ? ਆਖਰਤ ਕਰ ਦਿੱਤੀ, ਕੁਛ ਰੱਖਿਆ ਤਾਂ ਨਹੀਂ ਕੋਲ। ਕਹਿੰਦੇ ਸਾਰਾ ਅਸੀਂ ਤਾਂ ਇੱਕ ਕੌਡੀ ਨਹੀਂ ਦੇ ਸਕਦੇ, ਕੌਡੀ ਨਹੀਂ। ਉਹਨਾਂ ਨੇ ਉਹ ਧਨ ਦੇ ਦਿੱਤਾ ਜਿਸ ਨੇ ਸਾਂਭ ਲਿਆ
ਉਸ ਤਨ ਦੀ ਇੱਕ ਕਣੀ ਕਰੋੜਾਂ ਦਾ ਕਲਿਆਣ ਕਰਦੀ ਹੈ। ਬੋਲੋ ਗੁਰਮੁਖ ਕੋਟ ਅਧਾਰਤ ਨਹੀਂ, ਇੱਕ ਇਹੋ ਜਿਹਾ ਤਨ ਦਰਗਾਹ ਚੋਂ ਹੁਣ ਤਾਂ ਟਾਈਮ ਵੀ ਲਾਗੇ ਨੂੰ ਹੋ ਗਿਆ, ਪੌਣਾ ਇੱਕ ਹੋ ਗਿਆ, ਇੰਨੇ ਟਾਈਮ ਚ ਹੁਣ ਸਮਾਪਤੀ ਵਾਲੇ ਸਮੇਂ ਕਾਫੀ ਟਾਈਮ ਲੱਗ ਚੁੱਕਿਆ, ਕਰੀਬ ਸਵਾ ਘੰਟਾ ਜਿਹੜਾ ਹੈ, ਸਵਾ ਤੋਂ ਵੀ ਉੱਤੇ ਨੇੜੇ ਹੀ ਹੋ ਰਿਹਾ। ਬੋਲੋ ਇੰਨਾ ਸਮਾਂ ਪਤਾ ਹੀ ਨਹੀਂ ਲੱਗਿਆ, ਆਓ ਗਿਆ, ਅਜੇ ਲਾਈਨ ਲੱਗੀ ਹੋਈ ਹੈ ਸੰਗਤਾਂ ਦੀ। ਤਾਂ ਅੱਛਾ ਮੈਂ ਇਸ ਦੇ ਨਾਲ ਪਿਆਰ ਦੀ ਗੱਲ ਹੀ ਥੋੜ੍ਹੀ ਜਿਹੀ ਲੈ ਲਿਓ, ਕਿਉਂਕਿ ਸਾਨੂੰ ਚਪੇੜਾਂ ਦੀ ਲੋੜ ਹੈ, ਤਾਂ ਵੱਜ ਜਾਣ ਤਾਂ ਚੰਗੀਆਂ ਨੇ, ਵੱਜ ਜਾਣ ਤਾਂ ਚੰਗੀਆਂ ਨੇ। ਦੇਖੋ ਕੀ ਕਿਹਾ ਕੁਰਾਨ, ਕਹਿੰਦੇ ਖਾਲਸਾ ਮੇਰੋ ਰੂਪ ਹੈ, ਠੀਕ ਹੈ, ਕੀ ਹੈ, ਖਾਲਸਾ ਮੇਰੋ ਰੂਪ ਹੈ, ਮੇਰਾ ਰੂਪ ਹੈ। ਜੇ ਤੁਸੀਂ ਦੇਖੋ ਤਾਂ ਖਾਲਸੇ ਹੋ, ਜੇ ਤੁਹਾਨੂੰ ਆਪਣੇ ਹੀ ਸਰੂਪ ਦੇ ਵਿੱਚੋਂ ਉਹਦਾ ਲਕਸ਼ ਦਿਸੇ। ਬੋਲੋ ਆਪਣੇ ਆਪ ਚੋਂ ਤੈਨੂੰ ਉਹਦਾ ਸਰੂਪ ਨਜ਼ਰ ਆ। ਮੈਂ ਕੱਲ ਬੋਲੇ ਪਰਸੋਂ ਰਾਤ ਨੂੰ ਉਧਰ ਪਾਠ ਸੀ ਪਾਰਾਂ ਦਾ, ਤੋ ਹਾਂ ਕਿ ਸਿੱਖ ਇੱਕ ਸੀਸਾ ਹੈ, ਸੀਸਾ ਬੋਲੋ, ਠੀਕ ਹੈ, ਇਹਦੇ ਵਿੱਚ ਇਹ ਚੀਜ਼ ਨਜ਼ਰ ਆਉਣੀ ਹੈ। ਤੋ ਹਾਂ ਹੁਣ ਖਾਲਸੇ ਨੂੰ ਮੈਂ ਕਰੋ ਨਿਵਾਸ, ਜੇ ਤੁਸੀਂ ਰਾਜੇ ਆਖਿਆ ਖਾਲਸੇ ਚ ਕਰੂੰਗੇ, ਖਾਲਸਨਾ ਪਿਓਰ, ਜੇ ਚ ਕੋਈ ਵੀ ਚੀਜ਼ ਆਸਾ ਤ੍ਰਿਸ਼ਨਾ ਲੋੜ ਕਰਜ ਜੋ ਕੁਛ ਵੀ ਕਹਿੰਦਾ ਕਿ ਤਿਨਕਾ ਮਿਕਸ ਨਹੀਂ ਹੈ, ਉਹ ਹੈ ਕਹਿੰਦੇ ਮੈਂ ਉੱਥੇ ਆਪਣਾ ਨਿਵਾਸ ਕਰਨਾ ਹੈ। ਫਿਰ ਜੇ ਖਾਲਸੇ ਉਹ ਤਿਆਰੀ ਕਰੋ ਕਿ ਮੇਰੇ ਗੁਰੂ ਨੇ ਮੇਰੇ ਕੋਠੇ ਚ ਨਿਵਾਸ ਕਰਨਾ ਹੈ, ਮੈਂ ਸਾਫ਼ੀ ਕਰ ਲਵਾਂਗਾ, ਤੁਹਾਡੇ ਅੰਦਰ ਵੱਜਦੀ ਇਹ ਮੇਰਾ ਗੁਰੂ ਆਉਣਾ ਚਾਹੁੰਦਾ ਮੇਰੇ ਕੋਲੋਂ, ਉਹਨੂੰ ਕੋਈ ਹੋਰ ਨਹੀਂ ਰੋਕਣ ਡਿਆ, ਸਿੱਖਾ ਤੇ ਆਪੇ ਹੀ ਰੋਕਿਆ ਪਿਆ। ਉਹਦਾ ਕਹਿ ਰਿਹਾ ਕਿ ਖਾਲਸੇ ਨੂੰ ਮੈਂ ਕਰੋ ਨਵਾਜ, ਖਾਲਸਾ ਮੇਰੋ ਮੁੱਖ ਹੈ ਅੰਗਾ, ਰੱਬ ਹੋਇਆ ਉਹ ਬੰਦਿਆਂ ਵਾਂਗੂ ਨਮਸਕਾਰਾਂ ਕਰ ਕਰ ਬੈਠੀ ਜਾਂਦੇ, ਆਹ ਗ੍ਰੰਥ ਨੂੰ ਕੀਰਤਨ ਦੀ ਸਮਾਪਤੀ ਤਾਂ ਐ ਜਿਵੇਂ ਸ਼ੇਰ ਗਰਜ ਕੇ ਐ ਆਵਾਜ਼ ਦਿੰਦਾ, ਐ ਆਵਾਜ਼ਾਂ ਸਿਰਾਂ ਨੇ ਗਰਜ ਐ ਭਾਈ ਮਰਦਾਨਾ ਜੀ ਕਿਉਂ ਕਹਿੰਦੇ ਮਹਾਰਾਜ ਕੌਣ, ਕਹਿੰਦੇ ਕੁਛ ਨੀ ਇਹ ਆਪਣੀ ਪਕਾਰ ਕਰਦੇ ਪਏ ਨੇ। ਬੋਲੋ ਕਹਿ ਰਹੇ ਕਿ ਸਾਨੂੰ ਬਖਸ਼ ਲਓ, ਮਰਦਾਨਿਆਂ ਇਹਨਾਂ ਨੂੰ ਬਖਸ਼ਾਂਗੇ, ਦਸਵੇਂ ਜਾਮੇ ਦੇ ਵਿੱਚ ਆਪਾਂ ਸ਼ੇਰਾਂ ਦੀ ਕੌਮ ਬਣਾ ਦੇਣੀ। ਬੋਲੋ ਸ਼ੇਰਾਂ ਦੀ ਕੌਮ ਬਣਾ ਦੇਣੀ, ਆਓ ਉਹ ਸਿੰਘ ਸ਼ੇਰਾਂ ਦਾ ਸਰੂਪ ਮਹਾਰਾਜ ਗੁਰੂ ਗੋਬਿੰਦ ਸਿੰਘ ਐ ਤੁਰੇ ਜਾਂਦੇ ਨੇ, ਇੱਧਰ ਨੇ ਸਿੱਖ ਇੱਧਰ ਨੇ, ਹੁਣ ਸ਼ੇਰ ਇੱਕ ਬਣ ਵਿੱਚ ਹੈ, ਕਿਸੇ ਬਣ ਦੇ ਜਾਨਵਰ ਨੂੰ ਐ ਨਹੀਂ ਹੈ ਕਿ ਕੋਈ ਹੈ ਸਾਹਮਣੇ, ਤੇ ਜਿਹਦੀ ਰੱਖਿਆ ਸੇਰ ਕਰ ਦੇਵੇ ਉਹਨੂੰ ਦੂਜਾ ਜਾਨਵਰ ਮਾਰ ਨਹੀਂ ਸਕਦਾ। ਸਿੰਘ ਸ਼ਰਨ ਤਬ ਜਾਈਏ ਜੋ ਜੰਬਕ
ਰਾਜ ਜਮਕ ਜਦੋਂ ਗਿੱਦੜ ਤੰਗ ਕਰਨ ਲੱਗਣ ਉਦੋਂ ਸੇਰ ਦੀ ਸਰਨੀ ਪੈ ਜਾਓ ਬੋਲੋ। ਠੀਕ ਹੈ, ਉਹ ਹੁਣ ਗੁਰੂ ਗੋਬਿੰਦ ਕਹਿੰਦੇ ਇਹਨਾਂ ਨੂੰ ਕੋਈ ਡਰ ਨਹੀਂ, ਸ਼ਮੇਂ ਦੀਆਂ ਹਕੂਮਤਾਂ ਸੋਚਦੀਆਂ ਇਹ ਤਾਂ ਅੰਦਰ ਭੈ ਹੋ ਕੇ ਤੁਰੇ ਜਾਂਦੇ ਤੇ ਇੱਧਰ ਵੀ ਸੇਰ ਤੇ ਇੱਧਰ ਵੀ ਸੇਰ ਤੇ ਪਿੱਛੇ ਵੀ ਉਸ ਵੇਲੇ ਇਹੋ ਜਿਹੇ ਖਾਲਸੇ ਸੇਰ ਸਨ। ਬੋਲੋ, ਮੇਰੇ ਸਾਰੇ ਪਾਸੇ ਸੇਰ ਤੁਰੇ ਜਾਂਦੇ ਨੇ ਤੇ ਫਿਰ ਮੈਨੂੰ ਇਹ ਗਿੱਦੜਾਂ ਦਾ ਕਾਹਦਾ ਡਰ ਹੈ। ਇੰਨਾ ਮਾਣ ਸਿੱਖ ਦੇ ਉੱਤੇ ਮੇਰੇ ਸਤਿਗੁਰਾਂ ਨੇ ਜਿੱਤਿਆ ਹੈ ਤਾਂ ਆਖਿਆ ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੁਣ ਸਦ ਸਦ ਹੀ ਸੰਗਾ, ਖਾਲਸਾ ਮੇਰੋ ਮਿੱਤਰ ਸਿਖਾਈ। ਤੇ ਉਹਨਾਂ ਨੇ ਆਖਿਆ ਕਿ ਜਿਹੜਾ ਇਹ ਪਿਓਰ ਹੈ ਇਹ ਮੇਰਾ ਮਿੱਤਰ ਹੈ, ਇਹ ਮੇਰਾ ਸਖਾ ਹੈ, ਇਹ ਰਿਸ਼ਤੇਦਾਰ ਹੈ। ਇੱਥੇ ਤੱਕ ਕਹਿ ਦਿੱਤਾ ਖਾਲਸਾ ਮੇਰੋ ਮਾਤ ਪਿਤਾ ਸੁਖ ਦਾਈ ਕਿ ਮੇਰਾ ਮਾਂ ਪਿਓ ਵੀ ਖਾਲਸਾ ਹੀ ਹੈ। ਬੋਲੋ, ਇੰਨਾ ਪਿਆ ਨਹੀਂ ਮੇਰਾ ਮਾਂ ਪਿਓ ਵੀ ਖਾਲਸਾ ਹੀ ਤੇ ਕੀ ਇੰਨਾ ਪਿਆਰ ਰਾਜੇ ਸਤਿਗੁਰ ਕਰ ਰਹੇ ਨੇ ਤੇ ਤੁਸੀਂ ਸਤਿਗੁਰਾਂ ਨੂੰ ਇੰਨਾ ਪਿਆਰ ਕਰਦਾ, ਉਹ ਤਾਂ ਏਡੇ ਉੱਚੇ ਸ਼ਬਦ ਬੋਲ ਗਏ। ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਅੱਗੇ ਕੀ ਆਖਿਆ, ਖਾਲਸਾ ਮੇਰੋ ਪਿੰਡ ਪ੍ਰਾਣ, ਪਿੰਡ ਤੇ ਪ੍ਰਾਣ, ਪਿੰਡ ਸਰੀਰ, ਮੇਰਾ ਸਰੀਰ ਵੀ ਇਹੀ ਹੈ ਤੇ ਮੇਰੇ ਪ੍ਰਾਣ ਦੇਖਣੇ ਜੋ ਖਾਲਸੇ ਦੇ ਨੇ ਚੱਲਦੇ ਨੇ, ਇਹ ਮੇਰੇ ਚੱਲਦੇ ਨੇ ਉਹਦੇ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ, ਮੇਰੀ ਜਾਨ ਤਾਂ ਹੈ, ਮੇਰੀ ਜਾਨ ਤੋਂ ਵੀ ਵੱਧ ਜੇ ਮੈਨੂੰ ਪਿਆਰਾ ਹੈ ਤਾਂ ਮੇਰਾ ਸਿੱਖ ਹੈ। ਜੇ ਬੋਲੋ, ਠੀਕ ਹੈ, ਮੇਰਾ ਸਿੱਖ ਹੈ। ਬਸ ਉਹਦੇ ਵਾਸਤੇ ਪਰ ਸ਼ਬਦ ਦੂਜੇ ਪਾਸੇ ਵੀ ਬੜੇ ਕਰੜੇ ਵਰਤੇ ਨੇ ਮਹਾਰਾਜ। ਕੀ ਆਖਿਆ ਕਿ ਬਿਨ ਜਪ ਜਪੇ, ਜੋ ਤੈਨੂੰ ਜਾਪ ਪੰਜ ਬਾਣੀਆਂ ਦਾ ਗੁਰੂ ਨੇ ਬਖਸ਼ਿਸ਼ ਕਰ ਦਿੱਤਾ, ਬਿਨ ਜਪ ਜਪੇ ਜੋ ਜੀਵੇ ਪ੍ਰਸ਼ਾਦ। ਕਿ ਮੈਂ ਰੋਟੀ ਖਾ ਲਓ ਜੀ, ਕੋਈ ਗੱਲ ਪਰ ਦੇਖ ਲਓ ਹੁਕਮ ਕੀ ਹੈ ਰਹਿ ਕਲਾਮਾ। ਬਿਨ ਜਪ ਜਪੇ ਜੋ ਜੀਵੇ ਪ੍ਰਸ਼ਾਦ, ਦਿਸ਼ਟਾ ਕਾ ਕਿਰਮ ਹੋਵੇ ਜਨ ਗਵਾਵੇ ਪਾਪ। ਕੀ ਆਖਿਆ, ਕਹਿੰਦੇ ਉਹ ਗੰਦਗੀ ਦਾ ਕੀੜਾ ਤੇ ਉਹਦਾ ਜਨਮ ਵਿਅਰਥ ਜਾਊਗਾ। ਹੁਣ ਦੱਸੋ ਪੜ੍ਹਨੀਆਂ ਪੰਜ ਬਾਣੀਆਂ ਜਾਂ ਨਹੀਂ ਪੜ੍ਹਨੀਆਂ? ਨਾ ਛੱਡੋ ਮੈਂ ਹੱਥ ਜੋੜਦਾ, ਨਿਤਨੇਮ ਨਹੀਂ ਛੱਡਣਾ। ਇਹ ਮਹਾਂਪੁਰਖ ਸਾਨੂੰ ਵਾਰ ਵਾਰ ਕਹਿੰਦੇ ਜਿਹਦੀ ਚੋਰੀ ਚ ਨਿਤਨੇਮ ਨਹੀਂ ਉਹ ਤਾਂ ਸਿੱਖ ਕੌਡੀ ਦਾ ਨਹੀਂ ਸੰਤ ਮਹਾਰਾਜ। ਇਹ ਬਹੁਤ ਕੁਛ ਸਮਝਾਇਆ ਉਹਨਾਂ ਕਿ ਸਭ ਦੇ ਨਾਮ ਨਹੀਂ ਸਿੱਖ ਸਿੱਖਣੀ ਮਿਲਵੇ, ਚਰਚਾ ਕਰੇ ਅਪਾਰ, ਭਜਨ ਸਿਖਾਏ ਪੁੱਤਰ ਕੋ ਹਰ ਭਜ ਬਾਰੰਗ ਬਾਰ। ਬੈਠੇ ਹੋ ਧੀਮੀ ਆਦਮੀ ਸਿੱਖ ਸਿੱਖਣੀ ਤਾਂ ਫਿਰ ਕੋਲ ਬੱਚਿਆਂ ਨੂੰ ਬਿਠਾ ਕੇ ਤੇ ਉਹਨਾਂ ਨੂੰ ਭਜਨ ਕਰਨੇ ਯੁਗ ਸਿਖਾਓ। ਬੋਲੋ,
ਲੋ ਹੁਣ ਟਾਈਮ ਕਾਫੀ ਹੋ ਗਿਆ, ਫਿਰ ਹਨੂਮਾਨ ਦੇ ਲੋਕ ਦੇ ਬਾਰੇ ਉਸ ਚੀਜ਼ ਦਾ ਸਿੱਖ ਸਿੱਖਣੀ ਜੀ ਮੇਰੇ ਸਾਡੇ
ਜਾਗੋ ਕਰੋ ਇਸ਼ਨਾਨ ਤੇ ਬਾਣੀਆਂ ਪੰਜ ਪੜੋ ਸਿੰਘ ਮਨ ਹਾਥ ਲੀਏ ਇਸੋ ਨਾਪ ਮਿਲਦਾ ਮਨ ਪੈਰੀ ਨੂੰ ਘੇਰ ਕੇ ਪੜੋ ਸਿੰਘ ਦਾਸ ਕਬੀਰ ਚੜਿਓ ਗੜ ਉੱਪਰ ਇਉਂ ਦਸਮ ਦੁਆਰ ਨੂੰ ਚੜੋ ਸਿੰਘ ਮਨ ਵੈਰੀ ਦੇ ਨਾਲ ਸੱਤ ਝਗੜਾ ਮਨ ਪੈਰੀ ਦੇ ਨਾਲ ਲੜੋ ਸਿੰਘ ਵੱਡਾ ਸੋਈ ਜੋ ਰਾਮ ਲਿਵ ਲਾਵੇ ਐਵੇਂ ਈਰਖਾ ਦੇ ਵਿੱਚ ਨਾ ਛੜੋ ਧਰਮ ਖੰਡ ਮੰਡਲ ਕਰੋ ਸ਼ੈਲ ਮੇਲਾ ਘਾੜਕ ਬਹੁਤ ਹੀ ਅਨੂਪ ਤੇ ਘੜੋ ਸਿੰਘ ਥੋੜਾ ਖਾਵੋ ਤੇ ਸੌਮੋ ਵੀ ਬਹੁਤ ਥੋੜਾ ਆ ਮੰਜ਼ਿਲ ਚੌਥੀ ਤੋਂ ਪੂਰੇ ਨਾ ਖੜੋ ਸਿੰਘ ਮਾਇਆ ਮਾਨ ਹੰਕਾਰ ਦਾ ਦਰਿਆ ਵਗਦਾ ਐਵੇਂ ਇਸ ਦੇ ਵਿੱਚ ਨਾ ਖੜੋ ਸਿੰਘ ਖਾਤਰ ਧਰਮ ਦੀ ਹੋਏ ਸ਼ਹੀਦ ਜਾਗੋ ਭਾਵੇਂ ਸੀਸ ਲੱਥ ਜਾਏ ਧੜੋਂ ਸਿੰਘੋ ਫਿਰ ਆਖਿਆ ਸੰਤਾ ਨਰੈਣ ਸਿੰਘਾ ਜਪੋ ਨਾਮ ਦੇ ਗੁਰੂ ਦੇ ਧਾਮ ਪੜੋ ਸਿੰਘ ਮਹਾਂਪੁਰਖ ਬੜੀਆਂ ਸੇਧਾਂ ਪਿਆਰ ਦੇ ਵਿੱਚ ਔਰ ਅੱਜ ਅਸੀਂ ਦੇਖੋ ਪੰਜੇ ਬਾਣੀਆਂ ਨੇ ਹੁਣ ਟੈਮ ਨਹੀਂ ਜਪਜੀ ਸਾਹਿਬ ਬ੍ਰਹਮ ਗਿਆਨ ਜਾਤ ਸਾਹਿਬ ਅਕਾਲ ਦੀ ਪੁਸਤਕ ਛਵਈਏ ਬਰਾਤ ਜੋਸ਼ ਚੌਪਈ ਬੇਨਤੀਆਂ ਅਨੰਦ ਸਾਹਿਬ ਮੁਕਤੀ ਦਾ ਦਾਤਾ ਬੋਲੋ ਸਾਰਾ ਕੁਛ ਪੰਜ ਬਾਣੀਆਂ ਚ ਹੀ ਪਾ ਦਿੱਤਾ ਮਹਾਰਾਜ ਨੇ ਫਿਰ ਜਦ ਤੁਹਾਨੂੰ ਮੁਕਤੀ ਕਰਨ ਵਾਲਾ ਦਾਤਾ ਹੀ ਬਖਸ਼ਿਸ਼ ਕਰ ਦਿੱਤਾ ਹੈ ਤੇ ਤੁਸੀਂ ਉਹਨੂੰ ਫਿਰ ਵੀ ਛੱਡੋ ਤਾਂ ਹੁਣ ਕਿਸਮਤ ਮਾੜੀ ਹੈ ਛੱਡੋ ਨਾ ਬਾਣੀਆਂ ਠੀਕ ਹੈ ਪੜ੍ਹੀ ਚਲੋ ਜਿੰਨੀਆਂ ਪੜ੍ਹੀਆਂ ਜਾਂਦੀਆਂ ਔਰ ਪੰਜੇ ਸਿੱਖਾਂ ਤੋਂ ਸਾਨੀ ਦਇਆ ਧਰਮ ਹਿੰਮਤ ਤੀਸਰੀ ਵਸਤੂ ਚੌਥਾ ਮੋਹ ਦਾ ਕੰਮ ਹੋ ਜਾਣਾ ਦਇਆ ਹੈ ਅੰਦਰ ਧਰਮ ਦੀ ਪਰਪਕਤਾ ਹੈ ਹਿੰਮਤ ਹੈ ਕਿ ਮੈਂ ਤਾਂ ਪ੍ਰਥਨਾ ਤੁਸੀਂ ਲਾ ਲਓ ਆਲਸ ਦਲਿੱਦਰੋ ਜ਼ੋਰ ਬੋਲੋ ਠੀਕ ਹੈ ਮੈਂ ਉੱਠਣਾ ਤੁਸੀਂ ਜ਼ੋਰ ਲਾ ਲਓ ਅੱਛਾ ਇਹ ਹਿੰਮਤ ਹੋਵੇ ਕਿ ਆ ਸੰਸਾਰ ਦੀਆਂ ਗੱਲਾਂ ਸੰਸਾਰ ਦੇ ਪਦਾਰਥ ਰੌਲਾ ਰੱਖਾ ਇੱਧਰੋਂ ਬਿਲਕੁਲ ਮੋਹ ਘੱਟ ਕਰ ਲਓ ਬੋਲੋ ਮੋਹ ਕੰਮ ਤਾਂ ਫਿਰ ਪੰਜਵਾਂ ਕੀ ਹੈ ਕਿ ਸਾਹਿਬ ਮਿਲ ਜਾਊਗਾ ਤੁਹਾਨੂੰ ਕੀ ਹੈ ਸਾਹਿਬ ਮਿਲ ਜਾਊਗਾ ਲਓ ਮੈਂ ਹੁਣ ਟਾਈਮ ਹੋ ਗਿਆ ਜਿਨ੍ਹਾਂ ਨੇ ਐਡੀਆਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਨੇ ਸਾਡੇ ਵਾਸਤੇ ਦਿਖਾਉਣਾ ਇੱਕ ਰਾਹ ਪੱਧਰਾ ਕਰ ਦਿੱਤਾ ਔਰ ਉਹਨਾਂ ਨੂੰ ਮੈਂ ਇੱਕ ਹੀ ਸ਼ਬਦ ਦੇ ਵਿੱਚ ਪੰਜਾਂ ਨੂੰ ਜੋੜ ਲੈਣਾ ਹੈ ਧਿਆਨ ਨਾਲ ਸਾਰੇ ਜਾਣੇ ਸਾਥ ਦੇ ਦਿਓ ਉਹਨਾਂ ਨੂੰ ਵੀ ਸਾਡੀ ਨਮਸਕਾਰ ਹੈ
Thank you.
ਸਾਖੀ ਨਾਮ ਵਿਚੋਲਾ ਵਿਖੇ ਇੱਥੇ ਭਰਦੇ ਨੇ ਆਮੀ ਕਿ ਇਹ ਸੱਚ ਹੈ ਸਭ ਕੁਛ। ਇੱਥੇ ਤੱਕ ਕਿ ਰੋਮ ਰੋਮ ਜੇ ਰਸਣਾ ਪਾਉਂ ਤਦ ਖਾਲਸਾ ਜਸ ਤਾਏ ਗਾਉਂ ਹੂੰ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਾਗਰ ਦੀਆਂ ਛੱਲਾਂ ਬੂੰਦਾਂ ਕਹੋ ਕਹਿੰਦੇ ਬਸ ਉਹੀ ਰਿਸ਼ਤਾ ਮੇਰਾ ਤੇ ਮੇਰੇ ਸਿੱਖਦਾ ਹੈ। ਖਾਲਸਾ ਕਾਲਪੁਰਖ ਕੀ ਪਹੁੰਚ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਤ। ਅੱਗੇ ਕੀਤੇ ਹੈ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਨਿਆਰਾ ਨਾ ਇਸ ਦੁਨੀਆਂ ਦੀਆਂ ਵਾਸਨਾਵਾਂ ਤੋਂ ਅਲੱਗ ਰਹਿਣਾ ਬੋਲੋ ਨਹੀਂ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਅਰੀਤ ਮੈਂ ਨਾ ਕਰੂੰ। ਵਿਪਰਨ ਵੈਸੇ ਬ੍ਰਹਮਣ ਨੂੰ ਕਹਿੰਦੇ ਜਿੱਦਾਂ ਹਰਿਦੁਆਰ ਜਾਈ ਆਓ ਅਸੀਂ ਗੱਦੀ ਅਸੀਂ ਆਈਨੇ ਦੇਰੋ ਆਏ ਕਹਿੰਦੇ ਜੇ ਇਹ ਕੰਮ ਖਾਲਸਾ ਜੀ ਕਰਨੇ ਫਿਰ ਮੇਰਾ ਦਿਲ ਤੇ ਕੋਈ ਵਿਸ਼ਵਾਸ ਨਹੀਂ ਬੋਲੋ। ਇਹੀ ਕੁਛ ਅਸੀਂ ਕਰਦੇ ਪਏ ਹਾਂ ਗੁਰੂ ਕੀ ਬਾਣੀ ਦੀ ਆਈਨੇ ਦੀ ਅਸੀਂ ਸਾਡਾ ਰਾਗੀ ਜਥਾ ਅਸੀਂ ਦੂਰੋਂ ਆਏ ਹਾਂ ਜੀ ਇੰਨਿਆਂ ਨਾਲ ਵੀ ਸਾਧਾ ਤੂੰ ਆਉਂਦਾ ਹੀ ਨਾ ਬੋਲੋ ਨਹੀਂ ਨਾ ਆਉਂਦਾ ਤੈਨੂੰ ਕਿਹੜਾ ਇੱਥੇ ਅਸੀਂ ਮੈਂ ਤਾਂ ਤਾਂ ਹੀ ਹੈ ਸੰਤ ਖਾਲਸਾ ਦਲ ਵਧੀਆ ਸੰਤ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਹੈ ਕੋਈ ਗੱਲ ਨਹੀਂ ਇੱਥੇ ਤਾਂ ਇਹੋ ਜਿਹਾ ਸੂਰਮੇ ਪੈਦਾ ਕਰ ਦਿੱਤੇ ਮਹਾਂਪੁਰਖਾਂ ਨੇ ਵੀ ਭਾਵੇਂ ਦਸ ਦਸ ਦਿਨ ਲਗਾਤਾਰ ਸਟੇਜ ਹੋਵੇ ਇਹਨਾਂ ਨੂੰ ਵਾਰੀ ਹੋਈ ਨਹੀਂ ਆਉਂਦੀ ਬੋਲੋ। ਜੇ ਸਾਰੇ ਇਹ ਟੀਮ ਇਕੱਠੀ ਹੋ ਕੇ ਬਹਿ ਜਾਵੇ ਕਿਤੇ ਨਹੀਂ ਫਿਰ ਕੀਰਤਨ ਵੀ ਹੋ ਜਿੱਥੇ ਨਿਸ਼ਕਾਮਤਾ ਤੇ ਕੋਈ ਹੈ ਹੀ ਨਹੀਂ ਹੈ ਨਹੀਂ ਆਹ ਕੋਈ ਸਾਡੀ ਬਿਰਤੀ ਨੂੰ ਬੁਲਾਵੇ ਆ ਕੇ ਕਿ ਚੰਗਾ ਨਹੀਂ ਇਹ ਸਾਰਾ ਕੁਛ ਪਿਆਰ ਮੈਂ ਸਾਰਿਆਂ ਦੇ ਆਦਰ ਮਾਨ ਸਤਿਕਾਰ ਕਈ ਆਇਆਂ ਦਾ ਦਸਮੇਰ ਜੀਆਂ ਦਾ ਬਚੋ ਮੰਨਣ ਨਹੀਂ ਜਿਹੜਾ ਹੈ ਮੰਨਣ ਯੋਗ ਹੈ ਉਹ ਮੰਨ ਕੇ ਬਸ ਮੈਂ ਹੁਣ ਤਾਰਨਾ ਦੇ ਰੂਪ ਵਿੱਚ ਹੀ ਪੜ੍ਹ ਦਿੰਦਾ ਉਹਨੂੰ ਉੱਥੇ ਪੂਰੇ ਉੱਤਰ ਜਾ ਕੇ ਪਾਏ Thank you.
ਸਭ ਪੂਰਨ ਦੇ ਵਾਸਤੇ Thank you.
ਗੁਰੂਆਣਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਾਇਦਾਦ ਇਹਨਾਂ ਨੇ ਭੇਟਾ ਕੀਤੀ ਹੋਈ ਅੱਜ ਵੀ ਸੇਵਾ ਪਿਆਰ ਉਹ ਲੱਖ ਦੋ ਦੋ ਤਿੰਨ ਤਿੰਨ ਦਿਨ ਪਹਿਲੇ ਆ ਕੇ ਇਹ ਬਹਿ ਜਾਂਦੇ ਨੇ। ਮੈਂ ਸਾਜ ਅੱਜ ਬੜਾ ਆਨੰਦ ਬਣਿਆ ਹੋਇਆ ਇਹ ਅੱਜ ਤਰੀਸ਼ਾਂ ਤਾਂ ਬਹੁਤ ਨੇ ਮਤੰਗਾਂ ਲੈ ਕੇ ਵੀ ਤਾਲ ਨਹੀਂ ਹੈ ਕਿਸੇ ਕੋਲੇ ਪਰਖਦੇ ਦੇ ਵੱਜਦੀਆਂ ਕੋਰੀ ਸੋਰੀ ਸੀ ਵੀ ਕੰਮ ਚੱਲਦਾ ਪਰ ਇਹ ਮਰਦੰਗਾਂ ਵੀ ਅੱਠ ਅੱਠ ਮਰਦੰਗਾਂ ਅਤੇ ਅਠਾਰਾਂ ਅਠਾਰਾਂ ਪਾਖੰਡ ਨੇ ਮਸਤੂਆਣਾ ਸਾਹਿਬ ਬਚਾ ਦਿੱਤੇ ਮਹਾਂਪੁਰਖਾਂ ਨੇ ਮਰਦੰਗਾਂ ਅੱਠ ਅਠਾਰਾਂ ਪਾਖੰਡ ਨੇ ਸੰਤ ਮਹਾਰਾਜ ਨਾਲ ਬੱਜੇ ਜੀ ਔਰ ਉਹ ਸੁਰਤਾਲ ਅਤੇ ਸਾਜੀਆਂ ਦਾ ਅੰਤ ਨਹੀਂ ਹੋਈ। ਮੈਂ ਤਾਂ ਬੋਲਿਆ ਸੀ ਕਿ ਉਹ ਬਖਸ਼ਿਸ਼ ਹੈ ਉਹ ਪਿਆਰ ਦੇ ਨਾਲ ਨਾਮ ਜਪੋ। ਮੈਂ ਸਾਡਾ ਕਾਕਾ ਜੀ ਸੁਰਿੰਦਰ ਜੀ ਕਹਿੰਦਾ ਜੀ ਮੇਰੀ ਤਾਂ ਟਿਕਟ ਹੈ ਜਿਹਦੀ ਪਰ ਮੇਰਾ ਜੀ ਨਹੀਂ ਕਰਦਾ ਜੀ ਤਾਂ ਜਾਣ ਨੂੰ ਮੈਂ ਇਹ ਦੇਖ ਕੇ ਉਹਨੂੰ ਤੁਰਨਾ ਹੈ। ਮੈਂ ਕਿਹਾ ਚੱਲ ਇਹਦਾ ਵੀ ਦਿਲ ਕਰਦਾ ਬਾਹਰ ਲੈ ਜਾਊਗਾ ਵੀ ਮੈਂ ਵੀ ਸੰਤਾਂ ਨਾਲ ਵਜਾਈ ਸੀ ਬੋਲੋ ਗਰੀਬ ਨੂੰ ਬੜੇ ਪਿਆਰ ਦੇ ਨਾਲ ਸੰਤ ਮਹਾਰਾਜ ਨਾਲ ਇਹਨਾਂ ਨੇ ਵੀ ਮਰਦੰਗ ਵਜਾਈ ਸਾਥ ਦਿੱਤਾ ਅੱਜ ਵੀ ਔਰ ਜਿਤਨਾ ਦਿੱਤਾ ਹੈ ਸਾਰੇ ਹੀ ਬੜੇ ਪਿਆਰ ਦੇ ਨਾਲ ਇੱਕ ਤੋਂ ਲੈ ਕੇ ਇੱਕ ਤੱਕ ਸਾਰੇ ਪਾਸੋਂ ਤੋਂ ਚੌਕ ਤੋਂ ਉਤਰੇ ਪਹਿਰੇ ਫਿਰ ਸਾਰੇ ਸੰਦੂਕ ਤੋਂ ਵੀ ਸਾਡੇ ਕੀਰਤਨੀਏ ਬਹੁਤ ਪਿਆਰ ਦੇ ਸੰਗਤ ਅਜੇ ਤੱਕ ਵੀ ਹੁਣ ਪਿਆਰ ਨਾਲ ਖੁੱਲ੍ਹੀ ਅੰਬਲੀ ਲੈਣ ਲੱਗੀ ਪਈ ਹੈ। ਹੁਣ ਟਾਈਮ ਕਾਫੀ ਹੋ ਚੁੱਕੇ ਹੈ ਸੰਗਤੇ ਪਿਆਰ ਦੇ ਨਾਲ ਅੱਜ ਕਾਲਸੇ ਦਾ ਕੀ ਹੈ ਪ੍ਰਕਾਸ਼ ਦਿਹਾੜਾ ਔਰ ਸੰਤ ਮਹਾਰਾਜ ਦਾ ਵੀ ਅੱਜੇ ਦਿਨ ਪ੍ਰਕਾਸ਼ ਹੈ ਔਰ ਸੰਤ ਬਾਬਾ ਚੰਦਾਜੀਆਂ ਦਾ ਵੀ ਇਹ ਤਿੰਨ ਚਾਰ ਅਤੇ ਅੱਜ ਅਸੀਂ ਮਹੀਨਾ ਕਿਹਾ ਵਿਸਾਖ ਭੀਮ ਪਿਓ ਵਾਢੀਆਂ ਜਿਹਨਾਂ ਪ੍ਰੇਮ ਵਿਸੋ ਅਸਾਜਨ ਪੁੱਤ ਪਛਾੜ ਕੇ ਲੱਗੀ ਮਾਇਆ ਪਿਓ ਪੁੱਤਰ ਪੁੱਤਰ ਨਾ ਸੰਗਤ ਨਾ ਹਰ ਬਣਾ ਸੀ ਉਹ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਇੱਕ ਸਰ ਕੇ ਨਾਮ ਅੱਗੇ ਲਈਏ ਕੋਏ ਲਈ ਉਹ ਵਿਸਾਰ ਡੁਬਚਣਾ ਪ੍ਰਗਣ ਕਵਰ ਨਾ ਹੋਏ ਪ੍ਰੀਤਮ ਚਰਨੀ ਜੋ ਲੱਗੇ ਤਿੰਤੀ ਨਿਰਮਲ ਸੋਏ ਨਾਨਕ ਕੀ ਪ੍ਰਭ ਜੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਬਾਕੀ ਫਿਰ ਠੀਕ ਹੈ। ਹੁਣ ਤੁਸੀਂ ਬੋਲੇ ਨੀ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟ ਹੈ ਚਲੋ ਜਿੰਨਾ ਕੁ ਮੈਂ ਤਾਂ ਸੋਚਦਾ ਸੀ ਕਿ ਹੁਣ ਕੰਮਾਂ ਦੇ ਦਿਨ ਹੈ ਪਰ ਮੇਰੀਆਂ ਸੋਚਾਂ ਤੋਂ ਬਾਹਰ ਪੈਣ ਵਗਿਆ ਹੈ। ਸੋ ਪਿਆਰ ਨਾਲ ਰਾਜੇ ਨਾਮ ਜਪੋ ਸਿਮਰਨ ਕਰੋ ਬੰਦਗੀ ਕਰੋ ਬਾਕੀ ਜੂਨ ਦੇ ਵਿੱਚ ਅਤੇ ਮਈ ਦਾ ਅਖੀਰ ਆਪਣਾ ਨਰੈਣਗੜ੍ਹ ਸਾਹਿਬ ਉੱਥੇ ਹੋ ਜਾਣੇ 30-31 ਪਹਿਲੀ ਅਤੇ 2-3
ਪੰਜ ਦਿਨ ਦਾ ਸਮਾਂ ਉੱਤੇ ਹੋਣਾ ਹੈ। ਉੱਥੇ ਗੁਰਦੁਆਰਾ ਸਾਹਿਬ ਦੀ ਇੱਕ ਮੰਜ਼ਿਲ ਬਣ ਚੁੱਕੀ ਹੈ ਜੋ ਪਿਛਲੇ ਸਾਲ ਸ਼ੁਰੂ ਕੀਤੀ ਸੀ, ਉੱਪਰ ਹੁਣ ਚੱਲਦਾ ਪਿਆ ਹੈ। ਉੱਥੇ ਵੀ ਸਾਰਾ ਕੁਛ ਪਿਆਰ ਦੇ ਨਾਲ ਉੱਥੇ ਸਾਰੀਆਂ ਸੰਗਤਾਂ ਹੁਮ ਹੁਮ ਆ ਕੇ ਉੱਥੇ ਵੀ ਸਭ ਪਹੁੰਚਿਓ। ਉਸ ਤੋਂ ਅੱਗੇ ਫਿਰ ਸੰਤ ਮਹਾਰਾਜ ਜੀਆਂ ਦੀ ਪਵਿੱਤਰ ਬਰਸੀ ਦਾ ਸਮਾਂ, ਉਹ ਸੁੱਖ ਸਾਗਰ ਆਪਾਂ ਨੇ ਮਨਾਉਣਾ ਹੈ। ਜਾ ਕੇ ਪਿਆਰ ਨਾਲ ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ, ਜਿਹਦੇ ਨਾਲ ਸਾਡਾ ਲੋਕ ਅਤੇ ਪਰਲੋਕ ਜਿਹੜਾ ਉਹ ਸੁਹੇਲਿਆ ਹੋਵੇ। ਸੁਣਾ ਦਿਓ ਇੱਕ ਪੰਕਤੀ ਤੀਰਾ ਦੀ ਗੁਰੂ ਤੁਸੀਂ ਪਿਆਰ ਨਾਲ ਨਾਨਕ ਜੀ ਕਾ ਬੇਨਤੀ ਸਦਾ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਨੰਦ ਸਾਹਿਬ ਦਾ ਪਾਠ ਬੜੇ ਪਿਆਰ ਨਾਲ ਹੁਣ ਕਰਿਓ ਤੁਸੀਂ ਮਿਲ ਕੇ ਇੱਧਰੋਂ ਵੀ ਅਤੇ ਉੱਧਰੋਂ ਵੀ ਗੱਜ ਕੇ ਗੂੰਜ ਪਾਇਓ ਖੁਸ਼ੀਆਂ ਦੇ ਵਿੱਚ ਪਾਈ। Oh, my God.